ਬੱਚੀ ਨੂੰ ਆਇਲਟ ਕਰਾ, ਬੱਚੀ ਤੇਰੀ ਆਇਲਟ ਕਰਕੇ ਕੈਨੇਡਾ ਆ ਜਾਊਗੀ, ਮਗਰ ਤੂੰ ਚੱਲ ਜਾਊਗੀ, ਦੂਜੀ ਬੱਚੀ ਚੱਲ ਜਾਊਗੀ, ਤੁਹਾਡੀ ਈਜ਼ੀ ਹੋ ਜਾਊਗੀ। ਅਗਰ ਤੁਸੀਂ ਆਪਣੀ ਜਿੱਦ ਪਗਾਈ, ਤੁਹਾਨੂੰ ਘੁੱਟਣ ਜਿਹੜਾ ਮਹਿਸੂਸ ਹੋ ਰਿਹਾ ਨਾ, ਇਹ ਤੁਹਾਡਾ ਘੁੱਟਣ ਵਧੀ ਜਾਣਾ, ਘਟਣਾ ਨਹੀਂ ਗਾ। ਇਹ ਤੁਹਾਡੀ ਆਜ਼ਾਦੀ ਜਿਹੜੀ ਤੁਹਾਨੂੰ ਚੰਗੀ ਲੱਗਦੀ ਨਾ, ਇਹ ਬਰਬਾਦੀ ਹੋਣੀ ਆ। ਤੁਸੀਂ ਲਿਖ ਕੇ ਲੈ ਲਓ, ਤੁਹਾਡਾ ਮਾਂ ਪਿਓ ਤੁਹਾਨੂੰ ਸਮਝਾ ਨਹੀਂ ਰਿਹਾ ਕਿ ਦੋ ਬੱਚਿਆਂ ਦੀ ਮਾਂ ਆ, ਕੁੜੀ ਤੁਹਾਡੀ ਵਿਆਹਣ ਵਾਲੀ ਆ, ਦਾਦਾ ਦਾਦੀ ਜਿਹੜੇ ਆ ਉਹ ਆਇਲਟ ਕਰਾ ਰਹੇ ਆ, ਔਰ ਉਹ ਕਿਸੇ ਤੇ ਵਿਸ਼ਵਾਸ ਵੀ ਨਹੀਂ ਕਰ ਰਿਹਾ। ਉਹ ਕਹਿ ਰਿਹਾ ਜੀ ਮੈਂ ਆਪ ਚੁੱਕਣੀ ਚਾਹੁੰਦਾ, ਆਪ ਡ੍ਰੌਪ ਕਰਨੀ ਚਾਹੁੰਦਾ। ਇਸ ਤੋਂ ਵੱਧ ਹੋਰ ਤੈਨੂੰ ਕੀ ਚਾਹੀਦਾ ਆ? ਤੈਨੂੰ 12,000 ਰੁਪਈਆ ਦੇ ਰਹੇ ਆ ਔਰ ਤੈਨੂੰ ਆਪਣੇ ਘਰ 'ਚ ਰੱਖ ਰਹੇ ਆ। ਸਿਆਣੀ ਉਹ ਔਰਤ ਹੁੰਦੀ ਆ, ਸਬਰ ਦਾ ਘੁੱਟ ਪੀ ਲਓ ਕੁਝ ਸਾਲ, ਕੁਝ ਮਹੀਨੇ ਲੜਕੀ ਨੇ ਆਇਲਟ ਕਰ ਲਈ, ਕੈਨੇਡਾ ਆ ਗਈ, ਉਸ ਤੋਂ ਬਾਅਦ ਤੂੰ ਕੈਨੇਡਾ ਆ ਜਾਣਾ ਆਪਣੀ ਛੋਟੀ ਕੁੜੀ ਨਾਲ। ਇੱਥੇ ਆਪਣੀ ਜ਼ਿੰਦਗੀ ਵਿੱਚ ਜੋ ਮਰਜ਼ੀ ਐਸ਼ ਆਰਾਮ ਕਰੀ, ਤਾਂ ਜੋ ਮਰਜ਼ੀ ਘੁੱਟਣ ਮਹਿਸੂਸ ਜਿਹੜਾ ਹੁੰਦਾ ਉਹ ਖਤਮ ਕਰੀ। ਟੇਕ ਮਾਈ ਐਡਵਾਈਸ, ਮੇਰੀ ਤੁਸੀਂ ਸਲਾਹ ਲੈ ਲਓ, ਚੰਗੇ ਰਹੋਗੇ। ਔਰ ਹਾਲੇ ਵੀ ਆਪਣੇ ਸੱਸ ਸਹੁਰੇ ਤੋਂ ਇਸ ਵੇਲੇ ਮੈਂ ਬੇਨਤੀ ਕਰ ਰਿਹਾ ਕਿ ਉਹਨਾਂ ਤੋਂ ਮਾਫ਼ੀ ਮੰਗ ਲਓ ਕਿ ਡੈਡੀ ਜੀ, ਪਿਤਾ ਜੀ, ਜੋ ਹੋ ਗਿਆ ਹੋ ਗਿਆ, ਕਿ ਮੈਨੂੰ ਤੁਸੀਂ ਕੱਲ ਨੂੰ ਘਰ ਲੈ ਜਾਓ ਆਪਣੀ। ਜੋ ਤੁਸੀਂ ਪਬਲਿਕ ਮੀਟਿੰਗ ਵਿੱਚ ਕੀ ਕਹਿਣਾ ਚਾਹੁੰਦੇ ਹੋ ਬੋਲੋ। ਬਾਸੀ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਬਾਸੀ ਸਾਹਿਬ, ਮੈਂ ਤੁਹਾਡੇ ਨਾਲ 100% ਸਹਿਮਤ। ਇਹ ਮੁੱਦਾ ਹੈਗਾ ਆਜ਼ਾਦੀ ਦਾ ਹੀ। ਬਾਸੀ ਸਾਹਿਬ ਦੇਖੋ, ਉਹ ਬਜ਼ੁਰਗ ਜਿਹੜੇ ਹੈਗੇ ਨੇ, ਦੇਖੋ ਹਨਾ, ਦੂਜੇ ਦਾ ਵੀ ਉਹ, ਮੈਂ ਹੈਰਾਨ ਆ ਜਿਹੜੀ ਉਹ ਮਾਂ ਉਹਦੀ ਵਿਚਾਰੇ ਦੀ ਹਨਾ ਚੱਲ ਗਈ, ਦੂਜੇ ਆਹ ਕੁੜੀ ਦੀ ਹਨਾ, ਤੁਸੀਂ ਐਂ ਦੇਖ ਲਓ ਜਵਾਕਾਂ ਨੂੰ ਛੱਡ ਕੇ ਉਹ ਕੁੜੀ ਨੂੰ ਵੀ ਸਾਂਭ ਰਹੇ ਨੇ ਬਾਜੀ ਸਾਹਿਬ, ਖਰਚਾ ਵੀ ਦੇ ਰਹੇ ਨੇ ਹਨਾ ਜੀ ਇਹਨੂੰ ਵੀ। ਜੀ ਇਹ ਬਾਜੀ ਸਾਹਿਬ ਮਸਲਾ ਸਾਰਾ ਆਜ਼ਾਦੀ ਦਾ ਹੀ ਹੈ ਜੀ। ਬਾਹਰ ਅੰਦਰ ਜਾਣ ਦੀ ਆਦਤ ਹੋਣੀ ਹੈ ਜੀ, ਠੀਕ ਹੈ ਬਾਜੀ ਸਾਹਿਬ, ਤੇ ਜਿਹੜੀ ਖੁੱਲ ਆ ਉਹ ਘਰੇ ਨਹੀਂ ਮਿਲਦੀ ਗੀ, ਇਹੀ ਮਸਲਾ ਮੈਨੂੰ ਲੱਗ ਰਿਹਾ ਬਾਜੀ ਸਾਹਿਬ, ਹੋਰ ਕੋਈ ਨਹੀਂ। ਜਾਂ ਇਹਨਾਂ ਨੂੰ ਪੁੱਛੋ ਵੀ ਉਹ ਦਿੰਦੇ ਨੇ ਕਿ ਨਹੀਂ ਦਿੰਦੇ ਪੈਸੇ, ਹਨਾ ਵੀ ਉਹ ਬੰਦਾ ਕਹਿ ਰਿਹਾ ਵੀ ਅਸੀਂ ਪੈਸੇ ਦਿੰਦੇ ਆ, ਜਵਾਕ ਸਾਂਭ ਰਹੇ ਆ ਉਹ। ਉਹਨੇ ਆਪ ਵੀ ਐਡਮਿਟ ਕੀਤਾ ਕਿ ਮੈਨੂੰ 12,000 ਮਿਲਦਾ, ਸ਼ੀ ਐਡਮਿਟ ਹੋ ਰਹੀ ਕਿ 12,000 ਮੈਨੂੰ ਮਿਲਦਾ ਆ। ਸੋਹਣ ਨੇ ਕਿਹਾ ਪਹਿਲਾਂ ਮੈਂ 2000 ਨੇ ਦੱਸੇਗਾ, ਉਹ ਗੱਲ ਉਹ ਦੱਸਿਆ। ਉਹ ਇਲਜ਼ਾਮ ਲਾਊਗਾ ਬਾਸੀ ਸਾਹਿਬ, ਉਹ 12,000 ਕਿਉਂ ਦੇਊਗਾ? ਉਹ ਜੇ ਉਹਨੇ ਇਲਜ਼ਾਮ ਲਾਇਆ ਵੀ ਤੂੰ ਕੀਤਾ, ਇਹਦਾ ਕੋਈ ਮਤਲਬ ਨਹੀਂ, ਉਹ ਪੈਸੇ ਵੀ ਦੇ ਰਹੇ ਨੇ, ਕਿੰਨਾ ਕੁਛ ਇਹਦਾ ਮਤਲਬ ਜਿਹੜਾ ਇਹ ਘੁੱਟਣ ਮਹਿਸੂਸ ਹੋ ਰਿਹਾ, ਘੁੱਟਣ ਕਈ ਕਿਸੇ ਕਿਸਮ ਦਾ ਹੋਰ ਘੁੱਟਣ ਹੈ ਬਾਸੀ ਸਾਹਿਬ, ਤੁਸੀਂ ਸਮਝ ਗਏ ਜਮਾ ਸਹੀ ਤੀਰ ਨਿਸ਼ਾਨੇ ਤੇ ਮਾਰਿਆ ਜੀ, ਘੁੱਟਣ ਹੋਰ ਆ ਜੀ ਇਹ। ਮਾੜਾ ਸਮਝਣਾ ਚਾਹੀਦਾ ਸਿਆਣੀ ਹੋਰ ਆ ਜੀ, ਤੇ ਤੁਸੀਂ ਬਾਸੀ ਸਾਹਿਬ ਕੋਈ ਨਾ ਜੜ ਤਾਂ ਹੀ ਪਹੁੰਚ ਹੀ ਜਾਣਾ, ਬਹੁਤ ਬਹੁਤ ਮਿਹਰਬਾਨੀ ਬਾਸੀ ਸਾਹਿਬ। ਅਗੇ ਨੰਬਰ 3 ਕਾਲਰ, ਇਹ ਘੁੱਟਣ ਮਹਿਸੂਸ ਕਰੀ ਆ ਰਬਦੀਪ ਕੌਰ, ਇਹ ਘੁੱਟਣ ਕਿਹੜੇ ਕਿਸਮ ਦਾ ਲੱਗਦਾ ਤੁਹਾਨੂੰ? ਹਾਂਜੀ ਨੰਬਰ ਜੀ, ਕੀ ਕਹਿਣਾ ਚਾਹੁੰਦੇ ਭੈਣ ਜੀ? ਮੈਂ ਵੀ ਸਟੋਰੀ ਸੁਣਨ ਦੀ ਪੇਸ਼ੀ, ਦੇਖੋ ਪਹਿਲਾਂ ਤਾਂ ਜੇ ਚਲੋ ਇਹਨਾਂ ਨੇ ਦੱਸਿਆ ਕਿ ਪੈਸੇ ਦਿੰਦੇ ਆ, ਠੀਕ ਬੋਲੀ ਆ ਹਨਾ, ਪਰ ਦੇਖੋ ਜਿਹੜੇ ਬਜ਼ੁਰਗ ਆ ਉਹ ਵਿਚਾਰਾ ਇਹਨਾਂ ਕੁੜੀ ਨੂੰ ਆਇਲਟ ਕਰਾ ਸਭ ਕੁਛ ਕਰਾਉਂਦਾ, ਉਹਦੀ ਲੁੱਕ ਆਫਟਰ ਵੀ ਆਪ ਕਰਦਾ ਆ, ਛੱਡਦਾ ਰੱਖਦਾ। 65 ਜੇ ਓਲਡ ਬੰਦਾ, ਇਹ ਮਤਲਬ ਕੁੜੀ ਝੂਠ ਬੋਲਦੀ ਆ, ਇਹੋ ਜਾ ਕੇ ਦੂਜੀ ਕਿਸੇ ਨਾਲ ਗੱਲਬਾਤ ਹੋਣੀ ਨਹੀਂ ਮੈਨਾਂ ਦਾ। ਹੋਲਡ ਔਨ ਪਲੀਜ਼, ਇੱਕ ਤੁਹਾਡੇ ਕਹਿਣ ਭਾਵੇਂ ਕਿ ਇਹਦੇ ਕਿਸੇ ਹੋਰ ਮਤਲਬ ਰਹਿਣਾ ਨਹੀਂ ਚਾਹੁੰਦੀ, ਮੈਨੂੰ ਪਤਾ ਹੈ ਜਿਸ ਕਰਕੇ ਰਵਦੀਪ ਜੀ ਤੁਸੀਂ ਇਸ ਮਿੰਟ ਮੇਰੀ ਗੱਲ ਕਰੋ, ਮੇਰੇ ਹਸਬੰਡ ਮੇਰੇ ਨਾਲ ਸਹੀ ਤਰੀਕੇ ਨਾਲ ਇੰਨੇ ਸਾਲਾਂ ਤੋਂ ਨਹੀਂ ਰਹਿ ਰਹੇ। ਜੇ ਮੈਂ ਇਸ ਤਰ੍ਹਾਂ ਦੀ ਹੁੰਦੀ, ਮੈਂ ਬੱਚੇ ਛੱਡ ਕੇ ਚਲੀ ਜਾਂਦੀ, ਇੰਨੇ ਸਾਲ ਹੋ ਗਏ ਨੇ ਬੱਚੇ ਇਹਨਾਂ ਨੇ ਲੈ ਕੇ ਬੈਠੀ ਆ, ਉੱਤੇ ਇਹਨਾਂ ਦੇ ਇਲਜ਼ਾਮ ਵੀ ਸਹੀ ਜਾ ਰਹੇ ਨੇ, ਦੱਸੋ ਮੈਂ ਗਲਤ ਹਾਂ? ਕਿੱਥੇ ਗਲਤ ਹਾਂ ਮੈਂ ਦੱਸੋ? ਭੈਣ ਜੀ ਬੱਚੇ ਉਹਦੇ ਇਕੱਲੇ ਹਸਬੰਡ ਦੇ ਨੀ, ਤੁਹਾਡੇ ਬੱਚੇ ਵੀ ਜਨਮ ਤਾਂ ਤੁਸੀਂ ਦਿੱਤਾ ਨਾ ਬੱਚਿਆਂ ਨੂੰ। ਜਨਾਨੀ ਲੈ ਕੇ ਮਹੀਨਾ ਇੱਥੇ ਰਹਿੰਦੇ ਰਹੇ ਨੇ, ਇਹਦੇ ਨਾਲ ਸਾਰੀ ਫੈਮਿਲੀ ਨੂੰ ਪਤਾ ਸੀਗਾ, ਮੈਨੂੰ ਨੀ ਪਤਾ ਸੀਗਾ, ਮੈਨੂੰ ਦੱਸਣਾ ਚਾਹੀਦਾ ਸੀ, ਮੈਂ ਵਿਸ਼ਵਾਸ ਕਰਕੇ ਮੈਂ ਡਿਵੋਰਸ ਲਿਆ ਸੀਗਾ। ਹਾਂਜੀ ਤੁਸੀਂ ਡਿਵੋਰਸ ਕਿਉਂ ਦਿੱਤਾ ਆਪਣੇ ਹਸਬੈਂਡ ਨੂੰ? ਤੁਸੀਂ ਆਪਣੀ ਪੈਰ ਕੁਹਾੜੀ ਕਿਉਂ ਮਾਰੀ ਹੈ ਬੇਟਾ? ਮੈਂ ਉਹ ਬਹੁਤ ਵੱਡੀ ਗਲਤੀ ਕਰ ਲਈ ਹੈ, ਤੇ ਮੈਂ ਬਾਅਦ ਚ ਇਹਨਾਂ ਨੂੰ ਕਹਿੰਦੀ ਹੀ ਹੈ ਤੁਹਾਡਾ ਕੰਮ ਬਾਹਰ ਦਾ ਪੱਕੇ ਹੋਣ ਦਾ ਨਹੀਂ ਬਣਿਆ, ਤੁਸੀਂ ਤਲਾਕ ਕੈਨਸਲ ਕਰੋ। ਆਲਰਾਈਟ, ਲੈਟਸ ਸੀ ਅਗਲੀ ਕਾਲ, ਨੰਬਰ 4 ਕਾਲ ਪਲੀਜ਼। ਇਹ ਕੋਟਨ ਮਹਿਸੂਸ ਕਰ ਰਹੇ ਨੇ ਹੁਣ? ਹਾਂਜੀ ਬਾਸੀ ਸਾਹਿਬ, ਤੁਸੀਂ ਬਿਲਕੁਲ ਟਿਕਾਣੇ ਤੇ ਜਾਵੜੇ ਆ, ਗੱਲ ਆਹੀ ਆ ਤੇ ਆਪਾਂ ਜ਼ਿਆਦਾ ਵੀ ਪ੍ਰੈਸ਼ਰ ਪਾ ਕੇ ਨਾ ਕਹੀਏ, ਕੁੜੀ ਦੀ ਗੱਲ ਵੀ ਸੁਣੀ ਜਾਵੇ, ਪਰ ਤੁਸੀਂ ਜੋ ਕਹਿ ਰਹੇ ਮੈਨੂੰ ਲੱਗਦਾ ਉਹੀ ਸਹੀ ਆ। ਥੈਂਕ ਯੂ ਜੀ। ਜੀ ਨੰਬਰ 5 ਕਾਲਰ, ਇਹ ਲੇਡੀ ਕੁੱਟਣ ਮਹਿਸੂਸ ਕਰ ਰਹੀ ਹੈ, ਕੁੱਟਣ ਕਿਹੜੀ ਕਿਸਮ ਦਾ ਤੁਹਾਨੂੰ ਲੱਗਦਾ ਮਹਿਸੂਸ ਕਰ ਰਹੀ ਹੈ? ਨੰਬਰ 5 ਕਾਲਰ ਪਲੀਜ਼। ਹੈਲੋ ਬਾਸ਼ੀ ਸਾਹਿਬ, ਮੋਹਿਤ ਬੋਲਦਾ ਜੀ ਪੰਜਾਬ ਤੋਂ। ਜੀ ਗੋ ਅਹੈਡ ਪਲੀਜ਼। ਹਾਂਜੀ ਬਾਸ਼ੀ ਸਾਹਿਬ, ਇਹ ਮੈਨੂੰ ਭੈਣ ਜੀ ਦੀ ਗਲਤੀ ਲੱਗਦੀ ਹੈ, ਕਿਉਂਕਿ ਉਹ ਜਿਹੜੇ ਇਹਨਾਂ ਦੇ ਸਹੁਰਾ ਸਾਹਿਬ ਆ ਉਹ ਤਾਂ ਮੈਨੂੰ ਬੜੇ ਭੜੇ ਮਾਨ ਚ ਲੱਗਦੇ ਨੇ, ਔਰ ਗਲਤੀ ਇਹਨਾਂ ਦੀ ਲੱਗਦੀ ਹੈ, ਇਹਨਾਂ ਨੂੰ ਆਜ਼ਾਦੀ ਚਾਹੀਦੀ। ਸਾਡੇ ਵੀ ਗੁਆਂਢ ਚ ਏਦਾਂ ਹੀ ਸੀਗੇ, ਇੱਕ ਨਾ ਉਹਨਾਂ ਦਾ ਵੀ ਤਲਾਕ ਹੋ ਗਿਆ, ਉਹ ਵੀ ਆਜ਼ਾਦੀ ਜਾਂਦੇ ਸੀਗੇ, ਬਾਅਦ ਚ ਬਣਿਆ ਕੁਛ ਨੀ। ਤਾਂ ਮੈਂ ਭੈਣ ਜੀ ਨੂੰ ਇਹ ਕਹਿੰਦਾ ਵੀ ਸਹੁਰਿਆਂ ਦੀ ਗੱਲ ਮੰਨੋ ਤੇ ਲਾਈਫ ਅੱਗੇ ਵਧਾਓ। ਰਵਦੀਪ, ਹਾਲੇ ਵੀ ਕੁਛ ਨਹੀਂ ਵਿਗੜਿਆ, ਹੁਣ ਤੁਸੀਂ ਕਹਿੰਦੇ ਕਿ ਮੈਨੂੰ ਤੁਹਾਡੇ ਹਸਬੰਡ ਨੇ ਹਰਜੀਤ ਨੇ ਵਿਆਹ ਕਰਾਇਆ ਹੋਇਆ ਆਲਰੇਡੀ, ਤੋ ਕੁੜੀ ਕਿੱਥੇ, ਜਿਹੜੀ ਵਾਈਫ ਕਿੱਥੇ ਹੁਣ ਇਸ ਵੇਲੇ? ਉਹ
ਸਰ ਜਦੋਂ ਮੈਰਿਜ ਕਰਵਾਈ ਸੀ ਨਾ ਇੱਥੇ ਰਹਿੰਦੇ ਰਹੇ ਨੇ ਉਹਨੂੰ ਲੈ ਕੇ ਇੱਥੇ ਘੁਮਾਉਂਦੇ ਫਿਰਾਉਂਦੇ ਰਹੇ ਨੇ ਮੈਨੂੰ ਦੱਸਿਆ ਤੱਕ ਨਹੀਂ ਗਿਆ ਕਿ ਮੈਂ ਇੱਥੇ ਰਹਿ ਰਿਹਾ ਨਹੀਂ ਨਹੀਂ ਜੇ ਵਿਆਹ ਨਾ ਹੋ ਗਿਆ ਕਿੱਥੇ ਆਓ ਹੁਣ ਕੁੜੀ ਉਹ ਆਪਸ ਸਹਿਮਤੀ ਸੀ ਵੀ ਮੈਂ ਇਹਦੇ ਬ੍ਰਦਰਾਂ ਨੇ ਦੋਨਾਂ ਨੇ ਵੀ ਯਾਨੀ ਕਿ ਤਲਾਕ ਕਰਕੇ ਤੇ ਅੱਗੇ ਵਿਆਹ ਕਰਾਇਆ ਨਾ ਤੁਹਾਨੂੰ ਦੱਸਿਆ ਪਹਿਲਾਂ ਵੀ ਮੈਂ ਸਮਝ ਗਿਆ ਪੱਕੇ ਹੋਣ ਲਈ ਕਹਿੰਦੇ ਆਪਾਂ ਤੁਸੀਂ ਡਿਵੋਰਸ ਲੈ ਲਈਏ ਤੇ ਫਿਰ ਡਿਵੋਰਸ ਲੈ ਲਈਏ ਹਾਂ ਤੇ ਪੇਪਰ ਮੈਰਿਜ ਕਰਾਉਣੀ ਹੈ ਉਹ ਨਾ ਕੀਨੀਆ ਦੀ ਲੜਕੀ ਸੀਗੀ ਤੇ ਇੰਗਲੈਂਡ ਉਹਦਾ ਭਰਾ ਸੀਗਾ ਪੱਕਾ ਰਹਿੰਦਾ ਸੀ ਹਾਂ ਕੁੜੀ ਵੀ ਇੰਗਲੈਂਡ ਦੀ ਪੱਕੀ ਸੀ ਕਹਿੰਦੇ ਹਾਂ ਨਾ ਪੱਕਾ ਭਰਾ ਨਾ ਤੇ ਉਹ ਫਿਰ ਨਾ ਇੱਥੇ ਉਹਨੇ ਕੁੜੀ ਲੈ ਗਈ ਉੱਥੇ ਆਪਣੇ ਇਹਨੇ ਕਿਹਾ ਮੈਂ ਇੱਦਾਂ ਤਾਂ ਵੀ ਤਲਾਕ ਕਰਕੇ ਫਿਰ ਵਿਆਹ ਕਰਾ ਦਿੰਦਾ ਤੈਨੂੰ ਬੁਲਾ ਸਕਦਾ ਇੰਗਲੈਂਡ ਬੇਟਾ ਜਿਹੜਾ ਉਹ ਕੁੜੀ ਜਿਹੜੀ ਆ ਨਾ ਉੱਥੇ ਲੈ ਗਈ ਸੀ ਉਹਨੂੰ ਇੰਗਲੈਂਡ ਘੁਮਾਉਣ ਵਾਸਤੇ ਦਿਖਾਉਣ ਵਾਸਤੇ ਵੀ ਜਿੱਥੇ ਮੇਰਾ ਭਰਾ ਰਹਿੰਦਾ ਆ ਪੱਕੇ ਲਗਾਉਣ ਵਾਸਤੇ ਵੀ ਉੱਥੇ ਕਾਗਜ਼ ਲਾਣੇ ਸੀ ਨਾ ਏਦੋਂ ਬਾਅਦ ਫਿਰ ਉਹ ਬੇਟੀ ਨੇ ਉਹ ਬੇਟੀ ਕਹਿੰਦੀ ਉਹ ਕੁੜੀ ਜਿਹੜੀ ਸੀਗੀ ਉਹ ਕਹਿੰਦੀ ਤੂੰ ਮੈਨੂੰ ਇੰਡੀਆ ਲੈ ਕੇ ਚੱਲ ਅੱਛਾ ਉਹ ਇੰਡੀਆ ਲੈ ਆਇਆ ਹਾਂਜੀ ਇੰਡੀਆ ਲੈ ਆਇਆ ਇੱਥੇ ਹਫ਼ਤਾ ਦਸ ਦਿਨ ਜਾਂ ਜਿੰਨੇ ਵੀ ਰਹੇ ਸਾਨੂੰ ਮੈਨੂੰ ਨਹੀਂ ਮਿਲਿਆ ਤੇ ਇਹਨਾਂ ਨੇ ਕਿਹਾ ਵੀ ਸਾਨੂੰ ਪਤਾ ਲੱਗ ਗਿਆ ਇੱਥੇ ਰਿਸ਼ਤੇਦਾਰਾਂ ਨੂੰ ਪਤਾ ਲੱਗਿਆ ਵੀ ਉਹ ਆਏ ਇੱਥੇ ਤੇ ਅਸੀਂ ਉਹਨੂੰ ਫਿਰ ਝਿੜਕਿਆ ਮੈਂ ਕਿਹਾ ਵੀ ਤੂੰ ਇੱਥੇ ਇਹਨੇ ਮੇਰੇ ਮਦਰ ਨੇ ਘਰਦਿਆਂ ਨੇ ਕਿਹਾ ਵੀ ਤੂੰ ਕਿਹਾ ਇੱਥੇ ਆਇਆ ਵੀ ਲੈ ਕੇ ਵੀ ਤੂੰ ਤੇਰੀ ਗਲਤੀ ਹੈ ਵੱਡੀ ਵੱਡੀ ਤੁਹਾਡੀ ਨੂੰਹ ਨੂੰ ਪਤਾ ਲੱਗ ਗਿਆ ਸੀ ਰਵਦੀਪ ਨੂੰ ਕਿ ਲੈ ਕੇ ਆਇਆ ਜਨਾਨੀ ਇਹ ਆਪਦੇ ਪੇਕੇ ਗਈ ਸੀ ਨਾ ਨਹੀਂ ਪਤਾ ਲੱਗਿਆ ਅਸੀਂ ਕਿਹਾ ਫਿਰ ਅਸੀਂ ਕਿਹਾ ਗਲਤੀ ਜਿਹੜਾ ਗਲਤ ਹੈ ਗਲਤੀ ਗਵਾਂਗੇ ਅਸੀਂ ਸਹੀ ਨੂੰ ਸਹੀ ਗਵਾਂਗੇ ਜੇ ਸਹੀ ਹੈ ਸਹੀ ਗਵਾਂਗੇ ਠੀਕ ਹੈ ਜੇ ਗਲਤ ਹੈ ਅਸੀਂ ਤਾਂ ਕਹਿ ਨਹੀਂ ਸਕਦੇ ਗਲਤ ਆਪਦੀ ਵੋਟਿੰਗ ਅਸੀਂ ਕਦੇ ਗਲਤ ਨਹੀਂ ਕਿਹਾ ਤੇ ਅਸੀਂ ਮੁੰਡੇ ਨੂੰ ਝਿੜਕਦੇ ਨੇ ਵੀ ਏਦਾਂ ਨੀ ਕਾਕਾ ਏਦਾਂ ਕਰੀਦਾ ਆ ਕਿਉਂ ਇਹਨੂੰ ਗੁੱਸਾ ਕਰੂਗੀ ਇਹ ਕਹਿੰਦੇ ਵੀ ਆਪਣੇ ਨੂੰ ਜਦੋਂ ਸਾਨੂੰ ਕਹਿੰਦੀ ਆ ਤੇ ਤੁਸੀਂ ਉਹਦਾ ਪੱਖ ਲੈਣੇ ਮੁੰਡੇ ਦਾ ਜਦੋਂ ਕੋਈ ਗੱਲ ਹੋਊ ਅਸੀਂ ਕਿਹਾ ਅਸੀਂ ਉਹਨੂੰ ਕਹਿੰਦੇ ਨੀ ਕੋਈ ਗੱਲ ਵੀ ਫਿਰ ਵੀ ਜਾਣ ਕੇ ਸ਼ੰਕਾ ਪਰੰਕਾ ਕਰਦੀ ਰਹਿੰਦੀ ਹੈ ਕਦੇ ਸਾਡੇ ਤੇ ਅਸੀਂ ਨਾ ਫਿਰ ਜਦੋਂ ਬੇਟੇ ਨੂੰ ਕਿਹਾ ਵੀ ਇਹ ਗਲਤ ਹੈ ਕਹਿੰਦਾ ਮੇਰੀ ਕੁੜੀ ਜਵਾਨ ਹੈ ਤੇ ਮੈਂ ਤਾਂ ਨੀ ਲੈ ਕੇ ਆਇਆ ਤੇ ਮੈਂ ਇਸ ਕਰਕੇ ਘਰੇ ਨੀ ਆ ਸਕਿਆ ਜਦੋਂ ਗੱਲ ਹੋਈ ਬਾਅਦ ਚਲਾ ਗਿਆ ਹਫ਼ਤਾ ਦਸ ਦਿਨ ਰਹਿ ਗਏ ਨਾ ਤੁਹਾਨੂੰ ਨੀ ਮਿਲਿਆ ਉਹ ਨਾ ਕੋਈ ਦੁਖਾਲੀ ਉਹ ਕੁੜੀ ਨਾ ਮੈਨੂੰ ਨੀ ਮਿਲਿਆ ਸਾਨੂੰ ਮਿਲਿਆ ਨੀ ਹੈਗਾ ਓਕੇ ਨੰਬਰ 4 ਕਾਲਰ ਪਲੀਜ਼ ਯੂ ਰਾਈਟ ਸਹੀ ਬੋਲ ਰਹੇ ਨੇ ਅਸੀਂ ਗਰਮੇਸ਼ ਸਿੰਘ ਸਹੀ ਨੇ ਹਾਂਜੀ ਬੋਲੋ ਚੌਥੇ ਨੰਬਰ ਮੇਰੇ ਕੋਲ ਨਾ ਇਹਨਾਂ ਦੀ ਰਿਕਾਰਡਿੰਗ ਹਾਂਜੀ ਸਰ ਮੈਂ ਕਹਿਣਾ ਚਾਹਣਾ ਜੀ ਇਹ ਵਿਆਹ ਤਾਂ ਨਹੀਂ ਸਿਰੇ ਚੜ ਰਹੇ ਵੀ ਮੁੰਡਾ ਤਾਂ ਜਿਸੇ ਕਿਹੜੀ ਮਰਜ਼ੀ ਕੁੜੀ ਨੂੰ ਲਈ ਫਿਰ ਜਦੋਂ ਕੁੜੀ ਕਿਸੇ ਮੁੰਡੇ ਨਾਲ ਗੱਲ ਕਰਦੀ ਆ ਉਦੋਂ ਇਹ ਰੌਲਾ ਪੈ ਜਾਂਦਾ ਜਾਂ ਤਾਂ ਸਾਰਿਆਂ ਨੂੰ ਬਰਾਬਰ ਹੋਣਾ ਚਾਹੀਦਾ ਹੱਕ ਜਦੋਂ ਇਹਨਾਂ ਨੇ ਅੰਗਰੇਜ਼ਾਂ ਦੇ ਮੁਲਕਾਂ 'ਚ ਜਾਣਾ ਠੀਕ ਹੈ ਨਹੀਂ ਆਹ ਰੌਲਾ ਪੈਂਦਾ ਵਿਆਹ ਤਾਂ ਨਹੀਂ ਸਿਰੇ ਲੱਗ ਰਹੇ ਉਹਨਾਂ ਨੂੰ ਪਿਆਰ ਨਹੀਂ ਮਿਲਦਾ ਪਿਆ ਪੂਰਾ ਤੇ ਮੁੰਡਾ ਜਿੱਥੇ ਮਰਜ਼ੀ ਪਿਆਰ ਲੈਂਦਾ ਫਿਰੇ ਸਰ ਰਵਦੀਪ ਦਾ ਕਾਰਨ ਕਿ ਰਵਦੀਪ ਕਹਿੰਦੇ ਅਰਦੀਪ ਤੁਹਾਡੇ ਨਾਲ ਕਿੰਨੇ ਸਾਲ ਹੋ ਗਏ ਕਿ ਇਹਨੇ ਰਿਲੇਸ਼ਨ ਤੋੜੇ ਨੂੰ ਤੁਸੀਂ ਹਸਬੈਂਡ ਵਾਈਫ ਵਾਲਾ ਰਿਸ਼ਤਾ ਕਿੰਨੇ ਸਾਲਾਂ ਟੁੱਟਾ ਹੋਇਆ ਤੁਹਾਡਾ ਸਰ ਮੇਰੀ ਛੋਟੀ ਬੇਟੀ ਹੋਈ ਨਾ ਉਸ ਤੋਂ ਬਾਅਦ ਸਾਡਾ ਕੋਈ ਕਿੰਨੇ ਸਾਲ ਸਾਬੇ ਮੈਨੂੰ ਨਹੀਂ ਪਤਾ ਕਦ ਬੇਟੀ ਹੋਈ ਆ ਹਾਂਜੀ ਕਿੰਨੇ ਸਾਲ ਹੋ ਗਏ ਬੇਟਾ ਕਿੰਨੇ ਸਾਲ ਹੋ ਗਏ ਤੁਹਾਨੂੰ ਤੁਹਾਡਾ ਰਿਸ਼ਤਾ ਟੁੱਟੇ ਨੂੰ ਸਾਡੀ ਤਾਂ ਲੜਾਈ ਕਾਫੀ 15 ਸਾਲ ਤੋਂ ਚੱਲਦੀ ਰਹੀ ਹੈ ਕਿਉਂਕਿ ਪਹਿਲਾਂ ਇਹ ਕਿਸੇ ਕੁੜੀ ਦੇ ਚੱਕਰ ਦੇ ਵਿੱਚ ਸੀਗੇ ਲੜਾਈ ਦੀ ਗੱਲ ਛੱਡੋ ਕਿਸੇ ਕੁੜੀ ਚੱਕਰ ਛੱਡੋ ਤੁਹਾਡਾ ਰਿਸ਼ਤਾ ਜਿਹੜਾ ਹੈ ਹਸਬੈਂਡ ਵਾਈਫ ਵਾਲਾ ਕਦੋਂ ਟੁੱਟ ਗਿਆ ਮੁੜ ਕੇ ਬਣਿਆ ਹੀ ਨਹੀਂ ਕਿੰਨੇ ਸਾਲ ਹੋ ਗਏ ਸਰ ਇਹ ਮਤਲਬ ਕਿ 15 ਸਾਲ ਹੋ ਗਏ ਸਾਡੀ ਲੜਾਈ ਚੱਲਦੇ ਨੇ ਜਿਹੜੇ ਰਿਲੇਸ਼ਨ ਹੈ ਇਹ 5 ਸਾਲ ਜਦੋਂ ਕੁੜੀ ਹੋਈ ਹੈ ਉਸ ਤੋਂ ਬਾਅਦ ਸਾਡੇ ਰਿਲੇਸ਼ਨ ਜਿਹੜੀ ਤੁਹਾਡੀ ਆਖਰੀ ਬੱਚਾ ਹੋਇਆ ਜਿਹੜਾ 5 ਸਾਲ ਦਾ ਆਇਆ ਉਹ ਜਦੋਂ ਹੋਇਆ ਉਸ ਤੋਂ ਬਾਅਦ ਤੁਹਾਡਾ ਰਿਲੇਸ਼ਨ ਨਹੀਂ ਬਣਿਆ ਦੁਬਾਰਾ ਹਾਂਜੀ ਤੁਹਾਨੂੰ ਪਿਆਰ ਦਿੱਤਾ ਨਹੀਂ ਹਸਬੈਂਡ ਨੇ ਵਾਈਫ ਨੂੰ ਨਹੀਂ ਜਿਹੜਾ ਕਿ ਤੁਸੀਂ ਕਹਿੰਦੇ ਸੀਗੇ ਮੈਂ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਮੈਂ ਤੇ ਨਹੀਂ ਨਹੀਂ ਤੈਨੂੰ ਰੱਖਾਂਗਾ ਵਈ ਛੱਡਾਂਗਾ ਵਈ ਇੱਧਰ ਹੀ ਮੇਰੇ ਨਾਲ ਪਹਿਲਾਂ ਗੱਲਾਂ ਹੁੰਦੀਆਂ ਰਹੀਆਂ ਨੇ ਮੈਨੂੰ ਇੱਥੇ 2 ਦਿਨ ਵਾਸਤੇ ਇੱਥੇ ਆਣਾ ਮਾਰ ਕੁੱਟ ਕੇ ਲੜ ਝਗੜ ਕੇ ਮੇਰੇ ਨਾਲ ਚਲੇ ਜਾਣਾ ਜਦ ਕਿ ਸਭ ਬੱਚਿਆਂ ਦੇ ਨਾਲ ਟਾਈਮ ਸਪੈਂਡ ਨਹੀਂ ਕਰਨਾ ਮੇਰੇ ਨਾਲ ਟਾਈਮ ਸਪੈਂਡ ਨਹੀਂ ਕਰਨਾ ਜਦੋਂ ਆਣਾ ਇੱਥੇ ਲੜ ਝਗੜ ਕੇ ਚਲੇ ਜਾਣਾ ਸਾਰਾ ਦਿਨ ਬਾਹਰ ਰਹਿਣਾ ਰਾਤ ਨੂੰ ਆਣਾ ਆਪਣੇ ਪੇਰੈਂਟਸ ਕੋਲ ਮੈਂ ਕਹਿੰਦੀ ਬੈਠਣ ਮੈਂ ਇਹ ਨਹੀਂ ਕਹਿੰਦੀ ਨਾ ਬੈਠਣ ਆਪਣੇ ਮਾਪਿਆਂ ਕੋਲ ਬੈਠਣਾ ਨੀਚੇ ਆਣਾ ਮੈਂ ਇਹਨੂੰ ਕਹਿਣਾ ਕਿ ਮੇਰਾ ਸਿਰ ਦਰਦ ਹੋ ਰਿਹਾ ਮੈਂ ਬਿਮਾਰ ਹਾਂ ਤੇ ਮੈਂ ਠੀਕ ਨਹੀਂ ਹਾਂ ਏਦਾਂ ਗੱਲਾਂ ਬਾਤਾਂ ਮੇਰੇ ਨਾਲ ਕਰਨੀਆਂ ਤੇ ਚੁੱਪ ਕਰਕੇ ਸੋ ਜਾਣਾ ਮੇਰੇ ਨਾਲ ਕੋਈ ਗੱਲ ਨਹੀਂ ਕਰਨੀ ਸਿਰਫ ਰੋਟੀ ਲੈਣੀ ਮੇਰੇ ਤੋਂ ਨਹੀਂ ਚੱਲ ਜਦੋਂ ਰਾਤ ਰਹਿੰਦੇ ਸੀ ਆਣ ਕੇ ਤੁਸੀਂ ਇੱਕ ਕਮਰੇ ਵਿੱਚ ਆਰਾਮ ਨਹੀਂ ਸੀ ਕਰਦੇ ਇਕੱਠੇ ਨਹੀਂ ਸੀ ਆਰਾਮ ਕਰਦੇ ਫਰਮਾਉਂਦੇ ਤੁਸੀਂ ਤੁਹਾਡਾ ਬੈੱਡ ਇਕੱਠਾ ਨਹੀਂ ਸੀਗਾ ਇੱਕ ਰੂਮ
जिस करके थानू घुटन महसूस हो रही है तुसी प्यार करके आई नो तुसी और तो आई अंडरस्टैंड कि थोड़ी उम्र जेड़ी है 33 साल दे थानू भी प्यार चाहिए आई अंडरस्टैंड कि वो बौजा मार है तुसी हुण ओ चोपड़ियां खा रहे हैं तुसी अनचोपड़ियां खा रहे हो आई गॉट योर पॉइंट डियर नंबर 2 कॉलर प्लीज हाँ जी बासी साहब सत श्रीकाल हुण तुसी जमा ही निशाने ते आ गए बासी साहब गलत है कुड़ी भी नहीं हैगी ते गलत सौरा साहब नहीं गलती सारी वो मुंडे जिहड़ा उत्थे बैठा जी इहनूं घुटन यही चीज दी महसूस हुंदी है बासी साहब प्यार नहीं मिल रहा जी जैन दसो गगन घुटन घुटन दिल कमाल दी घुटन है इह हाँ जी हाँ जी हाँ जी यही चीज दी सर घुटन है इह ਹੋਰ ਕੋਈ ਗੱਲ ਨੀ ਹੈਗੀ ਜੀ ਉਹਨਾਂ ਨੂੰ ਉਹ ਚੀਜ਼ ਪਿਆਰ ਨਹੀਂ ਨਾ ਉਹਨਾਂ ਨੂੰ ਮਿਲਦੇ ਆਈ ਉਹਨਾਂ ਦਾ ਧੰਨ ਨੇ ਜਿਹੜੇ ਇੰਨਾ ਟਾਈਮ ਤੋਂ ਬੱਚਿਆਂ ਨਾਲ ਰਹਿ ਰਹੇ ਨੇ ਹਨਾ ਜੀ ਆਈ ਨੋ ਘੁਟਨ ਮਹਿਸੂਸ ਹੋ ਰਹੀ ਹੈ ਘਰ ਦੇ ਵਿੱਚ ਘਰ ਦੇ ਵਿੱਚ ਘੁਟਨ ਮਹਿਸੂਸ ਦਾ ਕਾਰਨ ਕਿ ਜਿਹਨੂੰ ਪਿਆਰ ਨਹੀਂ ਮਿਲਦਾ ਸੋ ਆਪੇ ਹੀ ਘੁਟਨ ਮਹਿਸੂਸ ਹੈ ਹਾਂਜੀ ਹਾਂਜੀ ਨੰਬਰ 3 ਕਾਲਰ ਪਲੀਜ਼ ਹੈਲੋ ਸਤਿ ਸ੍ਰੀ ਅਕਾਲ ਸਰ ਜੀ ਤੁਸੀਂ ਭਾਈ ਦੱਸੋ ਕਿ ਇਹਦੇ ਵਿੱਚ ਕਸੂਰ ਕਿਹਦਾ ਆ ਕਸੂਰ ਇਹਨਾਂ ਦੇ ਹਸਬੈਂਡ ਇਹਨਾਂ ਨਾਲ ਗੱਲ ਕਰਦੇ ਆ ਫੋਨ ਤੇ ਨਹੀਂ ਕਰਦੇ ਨਾ ਨਹੀਂ ਕਰ ਰਿਹਾ ਅੰਤਰਾ ਉਹ ਹਾਂਜੀ ਜੇ ਉਹ ਨਹੀਂ ਵੀ ਕਰਦੇ ਦੇਖੋ ਬਾਹਰ ਰਹਿ ਕੇ ਤਾਂ ਬੜੇ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਆ ਪੱਕੇ ਹੋਣ ਦੀ ਕਰਤਾ ਨਹੀਂ ਹੋਣਾ ਤਾਂ ਤੁਸੀਂ ਕਮਾ ਕੇ ਘਰ ਚਲੇ ਜਾਓ ਹਨਾ ਤੇ ਨੰਬਰ 2 ਫੇਰ ਵੀ ਸ਼ਾਬਾਸ਼ ਆ ਇਹਨਾਂ ਦੇ ਸਹੁਰਾ ਸਾਹਿਬ ਦੀ ਜਿਹੜੇ ਇਹਨਾਂ ਨੂੰ ਰੱਖੀ ਬੈਠੇ ਆਪਣੇ ਬੇਟੇ ਤੋਂ ਪਰੇ ਹੋ ਕੇ ਵੀ ਜੇ ਤਲਾਕ ਹੋ ਜਾਏ ਨਹੀਂ ਤਾਂ ਕਹਿ ਦਿੰਦੇ ਜਾਓ ਭਾਈ ਪਰ ਸਵਾਲ ਇਹ ਪੈਦਾ ਹੁੰਦਾ ਕਿ ਦੇਖੋ ਇਹ ਕਹਿੰਦੀ ਮੈਂ ਕੁੱਟ ਮਹਿਸੂਸ ਕਰ ਮੈਂ ਮੰਨਦਾ ਆ ਪਰ ਸਹੁਰਾ ਸਾਹਿਬ 19 ਸਾਲ ਦੀ ਬੱਚੀ ਨੂੰ ਆਇਲਟ ਕਰਾ ਰਿਹਾ ਆਪ ਸਕੂਟਰੀ ਤੇ ਜਾਂਦਾ ਆਪ ਡ੍ਰੌਪ ਕਰਦਾ ਹੈ ਆਪ ਪਿਕ ਕਰਦਾ ਹੈ ਔਰ ਕਿਸੇ ਯਕੀਨ ਨਹੀਂ ਕਰ ਰਿਹਾ ਕਿ ਮੇਰੀ ਪੋਤੀ ਪੜ ਜਾਵੇ ਤਾਂ ਬਾਹਰ ਜਾਵੇ ਤੇ ਇਹਨੂੰ ਲੈ ਜਾਵੇ ਸੋ ਇਹ ਇਹ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਇਹਨੂੰ ਕੁੜਨ ਮਹਿਸੂਸ ਨਹੀਂ ਕਰਨੀ ਚਾਹੀਦੀ ਇਹ ਵੀ 38 ਸਾਲ ਦੀ ਹੋ ਗਈ ਹੈ ਖੁਸ਼ ਹੋਣਾ ਚਾਹੀਦਾ ਕਿ ਮੇਰੇ ਬੱਚੇ ਤਾਂ ਪੜ ਰਹੇ ਕਿੱਥੇ ਲੈ ਕੇ ਜਾਵਾਂਗੇ ਆਪਾਂ ਬੱਚੇ ਕੌਣ ਸਾਂਭੂਗਾ ਰਵਦੀਪ ਹਾਲੇ ਵੀ ਤੂੰ ਸਮਝ ਜਦ ਸਹੁਰਾ ਤੇਰੇ ਨਾਲ ਹੈ ਸੱਸ ਤੇਰੇ ਨਾਲ ਸੱਸ ਨਾਲ ਹੈ ਅਗਲੇ ਆਪਣੇ ਬੇਟਾ ਖਰਚਾ ਦਿੰਦਾ ਤੇ ਤੁਹਾਡਾ ਉਹ ਚੱਕੀ ਬੈਠੇ ਆ ਤੇਰੇ ਉਹ ਆਪਣੇ ਮੇਰੇ ਨਾਲ ਨਹੀਂ ਹੈਗੇ ਉਂਦਰ ਕੁਝ ਹੋਰ ਨਹੀਂ ਬਾਹਰ ਕੁਝ ਹੋਰ ਨਹੀਂ ਪਰ ਮੈਂ ਜਾਣਦੀ ਤੁਹਾਡੀ ਵੀ ਕਿੰਨੀ ਰਹਿ ਰਹੀ ਮੈਨੂੰ ਪਤਾ ਹੈ ਤੇ ਮਤਲਬ ਕਿ ਅਗਲੇ ਨੇ ਆਪਣੇ ਪਿਆਰ ਨਾਲ ਇਹਨੂੰ ਬੰਦਾ ਕਿ ਲੈ ਲੈਂਦੇ ਨੇ ਕਿ ਅਗਲੇ ਨੇ ਵਿਸ਼ਵਾਸ ਨਾਲ ਹੈ ਹਾਂ ਕਿ ਸਹੀ ਹੈ ਮਾਰਨ ਪੋਤੀਆਂ ਨੂੰ ਮਾਰਨ ਤੱਕ ਪੈਂਦੇ ਨੇ ਤੁਹਾਡੇ ਮਤਲਬ ਬੱਚੇ ਕੁੱਟਦੇ ਨੇ ਹਾਂਜੀ ਕੁਰਸੀ ਚੱਕ ਕੇ ਮਾਰੀ ਇੱਕ ਵਾਰੀ ਮੇਰੇ ਬੇਟੀ ਦੀ ਇਹਨਾਂ ਨੇ ਮੇਰੇ ਸਹੁਰੇ ਨੇ ਚੱਕ ਕੇ ਕੁਰਸੀ ਮਾਰੀ ਹੈ ਇਹਨਾਂ ਉਹਨੂੰ ਬੋਲੇ ਨੇ ਜਿਹੜੇ ਤੁਹਾਡਾ ਦੇਰ ਹੈ ਉਹ ਤੁਹਾਨੂੰ ਮਿਲਣ ਆਉਂਦਾ ਹਾਂਜੀ ਤੁਹਾਡਾ ਦੇਰ ਤੁਹਾਡੀ ਨਨਾਣ ਤੁਹਾਨੂੰ ਮਿਲਦੇ ਆ ਸਰ ਨਹੀਂ ਹੁਣ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਿਆ ਹੋਇਆ ਨਨਾਣ ਮੈਨੂੰ ਕੁੱਤੀ ਹਰਾਮ ਦੀ ਗਾਲਾਂ ਇੰਨੀਆਂ ਕੱਢਦੀ ਹੈ ਘਰ ਦੇ ਵਿੱਚ ਰੋਬ ਰੱਖਦੀ ਹੈ ਮੇਰੇ ਤੇ ਕਿ ਤੂੰ ਮਤਲਬ ਕਿ ਇਹ ਆਹ ਕੰਮ ਕਰ ਉਹ ਕੰਮ ਕਰ ਲੈ ਮੇਰੇ ਤੇ ਰੋਬ ਰੱਖਦੀ ਹੈ ਉਹ ਸਾਰਾ ਨਨਾਣ ਜਿਹੜੀ ਆ ਉਹ ਆਪਣੇ ਸਹੁਰੇ ਘਰ ਰਹਿੰਦੀ ਆ ਜਾਂ ਆਪਣੇ ਤੁਹਾਡੇ ਸੱਸ ਸਹੁਰੇ ਨਾਲ ਰਹਿੰਦੀ ਆ ਨਹੀਂ ਸੱਸ ਸਹੁਰਿਆਂ ਕੋਲ ਰਹਿ ਰਹੀ ਹੈ ਉਹ ਆਪਣੇ ਸੱਸ ਸਹੁਰੇ ਕੋਲ ਰਹਿ ਰਹੀ ਆ ਮਾਰਦੇ ਕੁੱਟਦੇ ਸੀਗੇ ਅੱਧਾ ਕੁੜੀ ਸਾਨੂੰ ਖੁਦ ਦੱਸਦੀ ਮੇਰੇ ਦਿਓਰ ਦੀ ਕੁੜੀ ਹੈ 10 ਸਾਲ ਦੀ
ਮਾਰਦੀਆਂ ਪਈਆਂ ਸੀਗੀਆਂ ਤੇ ਉਹ ਨੀਚੇ ਨੀਚੇ ਮੈਨੂੰ ਮੰਮਾ ਮੰਮਾ ਕਰਦੀ ਸੀ ਨੀਚੇ ਆ ਰਹੀ ਸੀਗੀ ਤੇ ਇਹ ਆਉਣ ਨੀ ਦੇ ਰਹੀ ਸੀ ਉਹ ਨਾ ਫਿਰ ਵੀ ਜਾਨ ਛੜਾ ਕੇ ਆਪਣੀ ਨੀਚੇ ਆ ਗਈ ਮੇਰੇ ਕੋਲ ਕਹਿੰਦੀ ਮੰਮਾ ਮੈਨੂੰ ਮਾਰਦੇ ਪਏ ਨੇ ਤੇ ਮਤਲਬ ਕਿ ਉਹ ਫਿਰ ਕੁੜੀ ਆ ਕੇ ਉਹਨਾਂ ਮੈਂ ਫਿਰ ਮੰਮੀ ਆ ਕੇ ਲੈਣ ਵਾਸਤੇ ਉਹਨੂੰ ਵਾਲਾ ਤੋਂ ਫੜ ਕੇ ਉੱਪਰ ਲੈ ਕੇ ਜਾ ਰਹੀ ਸੀਗੇ ਮੈਂ ਕਿਹਾ ਜੇ ਨਹੀਂ ਉਹ ਕੁੜੀ ਸਕੂਲ ਜਾ ਰਹੀ ਤੁਸੀਂ ਰਹਿਣ ਦੇ ਸਿੱਖੇ ਤਾਂ ਬੋਲੇ ਬੱਚੇ ਨੂੰ ਨਹੀਂ ਦਿਲ ਕਰਦਾ ਹੈਗਾ ਸਕੂਲ ਜਾਣ ਦਾ ਤੇ ਤੁਸੀਂ ਰਹਿਣ ਤੇ ਨਾ ਜਾਣ ਦੋ ਰਵਦੀਪ ਕਈ ਵਾਰੀ ਬੱਚੇ ਜਿਹੜੇ ਨੇ ਉਹ ਸਕੂਲ ਨਹੀਂ ਜਾਂਦੇ ਇੱਕ ਦਿਨ ਦੂਜੇ ਦਿਨ ਫਿਰ ਨਹੀਂ ਜਾਂਦੇ ਤਾਂ ਕਈ ਵਾਰੀ ਮਾਂ ਪਿਓ ਕਹਿੰਦਾ ਕਿ ਇਹਨਾਂ ਬੱਚਿਆਂ ਨੂੰ ਸਕੂਲ ਘੂਰ ਕੇ ਭੇਜੋ ਔਰ ਇਹ ਮਾੜੀ ਸਿੱਖਿਆ ਨਹੀਂ ਇਹ ਚੰਗੀ ਗੱਲ ਹੈ ਇਹ ਆਮ ਨੋਰਮਲ ਗੱਲ ਹੈ ਘਰਾਂ ਵਿੱਚ ਬੱਚੇ ਜਿਹੜੇ ਆ ਕਈ ਵਾਰੀ ਜਦੋਂ ਇੱਕ ਵਾਰੀ ਐਬਸੈਂਟ ਹੋ ਜਾਣ ਤਾਂ ਫਿਰ ਰੋਜ਼ਾਨਾ ਰੂਟੀਨ ਦੇ ਵਿੱਚ ਫਿਰ ਉਹ ਨੋਰਮਲ ਜੇ ਛੋਟੇ ਸਾਡੇ ਪੰਜਾਬ ਦਾ ਇੱਕ ਕਲਚਰ ਹੈ ਬੱਚੇ ਨੂੰ ਬਾੜੋ ਫੜ ਲੈਣਾ ਜਾਂ ਥੋੜੀ ਬਹੁਤੀ ਪਿਆਰ ਨਾਲ ਲਫੇੜੀ ਮਾਰ ਦੇਣੀ ਬੱਚੇ ਨੂੰ ਪਿਆਰ ਦੇ ਨਾਲ ਸਮਝਾਇਆ ਜਾਂਦਾ ਹੈ ਔਰ ਡੋਂਟ ਟੇਕ ਦੈਟ ਸੀਰੀਅਸ ਜਦੋਂ ਤੁਸੀਂ ਛੋਟੀ ਗੱਲ ਤੋਂ ਵੱਡੀਆਂ ਬਣਾਉਂਦੇ ਹੋ ਤਾਂ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਤੁਸੀਂ ਕਾਊਂਟ ਕਰਦੇ ਲੋਕ ਦੈਟਸ ਨਾਟ ਫੇਅਰ ਜੋ ਗੱਲ ਸੱਚ ਹੈਗੀ ਮੈਂ ਤੁਹਾਨੂੰ ਉਹੀ ਦੱਸ ਰਹੀ ਹਾਂ ਜੋ ਘਰ 'ਚ ਹੋਇਆ ਮੇਰੇ ਨਾਲ ਮੈਂ ਤੁਹਾਨੂੰ ਉਹੀ ਦੱਸ ਰਹੀ ਹਾਂ ਤੁਹਾਨੂੰ ਕੁੱਟਦੇ ਤੁਹਾਡੀ ਸੱਸ ਕੁੱਟਦਾ ਜੀ ਸੀ ਤੁਹਾਨੂੰ ਸਾਰਾ ਕੁੱਟਦਾ ਸੀ ਸਰ ਇਹ ਸਾਨੂੰ ਬਹੁਤ ਬੋਲਦੇ ਸੀਗੇ ਕੀ ਬੋਲਦੇ ਸੀ ਮੇਰੀ ਸੱਸ ਨੇ ਵੀ ਮੇਰੇ ਤੇ ਹੱਥ ਚੱਕਿਆ ਸੀਗਾ ਮੇਰੇ ਬਹੁਤ ਥੱਪਾ ਮਾਰਿਆ ਸੀਗਾ ਜ਼ੋਰ ਦੀ ਘਰ ਦੇ ਵਿੱਚ ਤੇ ਗੱਲ ਹੋਈ ਸੀਗੀ ਏਦਾਂ ਕੀ ਇਹ ਸੀਗਾ ਮਾਸੀ ਸਾਹਿਬ ਦੇ ਘਰ ਤੇ ਜਿਹੜੇ ਅਸੀਂ ਰਹਿ ਰਹੇ ਨਾ ਇੱਥੇ ਤੇ ਇੱਥੇ ਤਾਈ ਸਾਹਿਬ ਦਾ ਘਰ ਹੈ ਉਹਨਾਂ ਦੀ ਨਾ ਬੇਟੀ ਆ ਗਈ ਮੇਰੇ ਕੋਲ ਉਹ ਇੱਥੇ ਆ ਗਈ ਤੇ ਹੁਣ ਜੇ ਆਈ ਉਹਨੂੰ ਮੈਂ ਬਾਹਰ ਕੱਢ ਦਿੰਦੀ ਆਈ ਉਹਨੂੰ ਮੈਂ ਚਾਹ ਪਾਣੀ ਬਣਾ ਕੇ ਦਿੱਤਾ ਮੈਨੂੰ ਇਹ ਬੋਲਣ ਲੱਗ ਗਏ ਤੂੰ ਉਹਨੂੰ ਚਾਹ ਪਾਣੀ ਕਿਉਂ ਪਿਆਇਆ ਤੂੰ ਅੰਦਰ ਕਿਉਂ ਬਿਠਾਇਆ ਜੇ ਆਈ ਤੇ ਮੈਂ ਬਾਹਰ ਕੱਢ ਦੇਵਾਂ ਉਹਨੂੰ ਇੱਕ ਸੈਂਡ ਹੋਲਡ ਕਰੋ ਆਪਣੇ ਗੁਰਮੇਲ ਸਿੰਘ ਜੀ ਤੁਹਾਡੀ ਵਾਈਫ ਨੇ ਮੇਰੀ ਗੱਲ ਕਰੋ ਇੱਕ ਸੈਕਿੰਡ ਹਾਂਜੀ ਕਾਲ ਕਰੋ ਐਲੀਗੇਸ਼ਨ ਵਾਲੀ ਤੁਸੀਂ ਉਹਨੂੰ ਕੁੱਟਦੇ ਹੋ ਜਿਹੜੀ ਤੁਹਾਡੀ ਦੂਜੀ ਪੋਤੀ ਹੈ ਉਹਦੇ ਮੂੰਹ ਵਿੱਚ ਤੁਸੀਂ ਮਿਰਚਾਂ ਪਾਉਂਦੇ ਹੋ ਉਹਨਾਂ ਨੇ ਵਾਲਾਂ ਨੂੰ ਫੜ ਕੇ ਝੰਜੂੜਦੇ ਹੋ ਔਰ ਤੁਸੀਂ ਤੁਹਾਡੇ ਤੇ ਬਹੁਤ ਐਲੀਗੇਸ਼ਨ ਲਾ ਰਹੇ ਹੋ ਕਿ ਤੁਸੀਂ ਨਨਾਣ ਦਾ ਘਰ ਬਰਬਾਦ ਕਰਤਾ ਮੇਰੇ ਮੁੰਡੇ ਦੇ ਕਰਤਾ ਦੇਰ ਦਾ ਇਹ ਸੱਚ ਹੈ ਦੇਖੋ ਜੀ ਜਿਹੜੀ ਕੁੱਟਣ ਮਾਰਨ ਵਾਲੀ ਗੱਲ ਹੈ ਅਸੀਂ ਤਾਂ ਕਦੇ ਨੂੰ ਹੱਥ ਨਹੀਂ ਲਾਇਆ ਨਾ ਹੀ ਸਲਗਾਂ ਦਾ ਇਹਨੂੰ ਚੰਗਾ ਸਮਝਦੇ ਆ ਚਲੋ ਬੱਚੇ ਨੂੰ ਹੱਥ ਲਾਉਣਾ ਕੋਈ ਮਾੜੀ ਗੱਲ ਨਹੀਂ ਬੱਚੇ ਨੂੰ ਘੂਰਨਾ ਬੱਚੇ ਨੂੰ ਘੇਰਨਾ ਔਰ ਛੋਟੀ ਗੱਲ ਹੈ ਬਾਬਾ ਦਾਦੀ ਦਾ ਕੰਮ ਹੈ ਇਹਦੇ ਉਹਦੇ ਬਾਰੇ ਗੱਲ ਕਰ ਲਈ ਜੇ ਮੇਰੇ ਸਾਡੇ ਦੂਸਰੇ ਬੇਟੇ ਦੀ ਬੇਟੀ ਹੈ ਨਾ 9 ਸਾਲ ਦੀ ਮੈਂ ਸਮਝ ਗਿਆ ਨੂੰ ਸਮਝ ਗਿਆ ਮੈਂ ਪਰ ਮੈਨੂੰ ਦੱਸੋ ਕਿ ਇਹ ਤੁਹਾਡੀ ਸੱਸ ਤੁਹਾਡੀ ਜਿਹੜੀ ਨੂੰਹ ਆ ਇਹ ਕੁੱਟਣ ਮਹਿਸੂਸ ਕਿਉਂ ਕਰ ਰਹੀ ਆ ਇਹ ਤੁਹਾਡੇ ਨਾਲ ਰਹਿਣਾ ਕਿਉਂ ਨਹੀਂ ਚਾਹੁੰਦੀ ਇਹ ਤਾਂ ਇਹਨੂੰ ਪਤਾ ਜੀ ਦੇਖੋ ਜੇ ਤਾਂ ਸਾਰੀ ਪੰਚਾਇਤਾਂ ਸਾਡੀਆਂ ਹਰਾਰ ਗਈਆਂ ਸਭ ਨੇ ਇਹਨਾਂ ਸਮਝਾਇਆ ਇਹਨੇ ਕਿਸੇ ਦੀ ਗੱਲ ਨਹੀਂ ਮੰਨੀ ਜੋ ਵੀ ਕੀਤੇ ਨੇ ਅੱਜ ਤੱਕ ਆਪਦੀ ਮਰਜ਼ੀ ਕੀਤੀ ਹੈ ਇਹ ਫਿਰ ਆਪਣੀ ਮਰਜ਼ੀ ਕਰਕੇ ਵੀ ਆਪਣੇ ਅਸੂਲ ਤੇ ਨਹੀਂ ਖੜਦੀ ਆਪਣੀ ਜ਼ਬਾਨ ਤੇ ਨਹੀਂ ਖੜਦੀ ਥੋੜੇ ਕੁ ਦਿਨਾਂ ਬਾਅਦ ਫਿਰ ਕੁਛ ਨਾ ਕੁਛ ਚੱਕਰ ਚਲਾ ਦਿੰਦੀ ਹੈ ਹੁਣ ਦੇਖੋ ਪਹਿਲਾਂ ਇਹਨੇ ਕੋਰਟ ਕੇਸ ਲਗਾਇਆ ਸਾਡੇ ਇੱਥੇ ਸੰਮਣ ਇੱਧਰ ਉੱਧਰ ਭੇਜ ਕੇ ਸਾਨੂੰ ਸੰਮਣ ਨਹੀਂ ਮਿਲੇ ਉਸ ਤੋਂ ਬਾਅਦ ਸਾਡੇ ਤੇ ਉਹ ਆ ਗਿਆ ਮੁਨਿਆਦੀ ਆ ਗਈ ਢੋਲ ਵਜਾਇਆ ਸਾਡੇ ਪੁਲਿਸ ਆਈ ਸਾਨੂੰ ਉਹ ਸੰਮਣ ਮਿਲਿਆ ਜੋ ਵੀ ਨਾ ਮਿਲਦਾ ਸਾਨੂੰ ਹੱਥਕੜੀਆਂ ਲਾਉਂਦੇ ਉਸ ਤੋਂ ਬਾਅਦ ਇਹਨੇ ਕੋਰਟ ਕੇਸ ਕੀਤਾ 7 ਜਨਵਰੀ ਪੈ ਗਈ ਡੇਟ ਅਸੀਂ 10 ਤਰੀਕ ਨੂੰ ਇਹਨੂੰ ਮਤਲਬ ਇਹਦੇ ਅਕਾਊਂਟ 'ਚ ਪੈਸੇ ਪਾ ਦਿੰਦੇ ਸੀਗੇ 7 ਜਨਵਰੀ ਜਦੋਂ ਆਈ ਉਸ ਤੋਂ ਆਉਣੀ ਸੀ ਉਸ ਤੋਂ ਪਹਿਲਾਂ ਅਸੀਂ ਉਹਨੂੰ ਕਿਹਾ ਵੀ ਕੋਈ ਨਾ ਕੋਈ ਨਿਬੇੜ ਲੈ ਜੇ ਵਕੀਲ ਕਰਨਾ ਪੈ ਗਿਆ ਤਾਂ ਕੰਮ ਵੱਧ ਜੂਗਾ ਵੀ ਅਸੀਂ ਵਕੀਲ ਦੇ ਖਰਚੇ ਕਰਾਂਗੇ ਤੇ ਤੁਹਾਨੂੰ ਦੇਵਾਂਗੇ ਅੱਛਾ ਰਵਦੀਪ ਜਦ ਸੱਸ ਸਹੁਰਾ ਦੇ ਬੱਚੀ ਨੂੰ ਪੜ੍ਹਾਉਂਦੇ ਆ ਆਇਲਟ ਕਰਾ ਰਹੇ ਆ ਤੂੰ ਆਪਣੇ ਸੱਸ ਸਹੁਰੇ ਨਾਲ ਇਹੋ ਜਿਹਾ ਮਿਸ ਬਿਹੇਵ ਕਿਉਂ ਕਰ ਰਹੀ ਆ ਸਰ ਮੈਨੂੰ ਪਤਾ ਮੇਰੇ ਨਾਲ ਸਿੱਧਾ ਰਹਿ ਰਹੇ ਨੇ ਇੱਥੇ ਆਉਣਾ ਇੱਥੇ ਜਦੋਂ ਮੈਂ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ ਇੱਥੇ ਆ ਕੇ ਮੇਰੇ ਭੂਆ ਜੀ ਮੇਰੇ ਨਾਲ ਰਹਿੰਦੇ ਸੀਗੇ ਤੇ ਉਹਨਾਂ ਨੇ ਕਹਿਣਾ ਇਹ ਮੇਰੀ ਸਾਲੀ ਦਾ ਘਰ ਹੈ ਆਪੇ ਆ ਕੇ ਖਾਲੀ ਕਰਾਓ ਵੀ ਕੰਧਾਂ 'ਚ ਟੱਕਰਾਂ ਮਾਰਨਾ ਤੇ ਮੇਰੇ ਸਹੁਰੇ ਨੇ ਇੱਥੇ ਆ ਕੇ ਕੰਧਾਂ 'ਚ ਟੱਕਰਾਂ ਮਾਰਨੀਆਂ ਬੈਡ 'ਚ ਟੱਕਰਾਂ ਮਾਰਨੀਆਂ ਤੇ ਏਦਾਂ ਮਤਲਬ ਇੱਥੇ ਆ ਕੇ ਕਲੇਸ਼ ਕਰਨਾ ਇਹਨਾਂ ਨੇ ਤੇ ਫਿਰ ਇਹ ਮੁਨਿਆਦੀ ਇਹਨਾਂ ਦੀ ਤਾਂ ਹੋਈ ਸੀਗੀ ਇਹ ਤਰੀਕਾ ਨਹੀਂ ਭੁਗਤਦੇ ਸੀਗੇ ਜੇ ਤਰੀਕਾ ਭੁਗਤਦੇ ਸੱਚੇ ਹੁੰਦੇ ਤਾਂ ਇਗਜ਼ਾਮ ਦੇ ਤਰੀਕਾ ਭੁਗਤਦੇ ਤੈਨੂੰ ਕੀ ਲੋੜ ਤੈਨੂੰ ਇੰਨਾ ਕਿਹੜੀ ਲੋੜ ਪੈ ਗਈ ਸੀ ਕਿ ਤੇਰੀ ਜਿਹੜੀ ਇੰਨੀ ਅੱਗ ਲੱਗ ਗਈ ਸੀ ਘਰ ਦੇ ਵਿੱਚ ਕਿ ਤੂੰ ਫਾਇਰ ਬ੍ਰਿਗੇਡ ਲਿਆਉਣਾ ਸੀਗਾ ਕਿ ਪੁਲਿਸ ਕੋਲ ਜਾਣਾ ਸੀਗਾ ਘਰ ਦੇ ਕੰਮ ਘਰ ਦੇ ਵਿੱਚ ਨਜਿੱਠੀ ਦਿੰਦੇ ਆ ਔਰ
की लोड़ सी तेनू जाके कंप्लेंट करन दी झूठियां शिकायतां करन दी तू जिन्नी झूठियां शिकायतां ते करके लोक जिहड़े कोर्ट विच जांदे ने अद्धा सिस्टम जिहड़ा आ कोर्ट दा तुहाडे वर्गे लोकां ने बिहाइंड कीता होया तुहानू पता कि प्रूफ जदों करना कोर्ट विच तुहानू इन्ना औखा हो जांदा जज तुहानू फिर जेल करदा आ ਹੁਣ ਤੁਹਾਡੇ ਕੜੀਆਂ ਲੱਗਣੀਆਂ ਜਿਹੜੇ ਤੁਸੀਂ ਝੂਠ ਬੋਲਿਆ ਤੁਹਾਨੂੰ ਯੂ ਨੋ ਦੈਟ ਯੂ ਗੋਇੰਗ ਟੂ ਬਿਹਾਈਂਡ ਦੀ ਬਾਰ ਹੁਣ ਤੁਹਾਨੂੰ ਮੇਰੇ ਨਾਲ ਹੋਇਆ ਨਾ ਉਹੀ ਦੱਸ ਰਹੀ ਹਾਂ ਇਹ ਚ ਕੋਈ ਝੂਠ ਵਾਲੀ ਕੋਈ ਗੱਲ ਨਹੀਂ ਹੈਗੀ ਯੂ ਡੋਨਟ ਵਰੀ ਅਬਾਊਟ ਯੂ ਜਸਟ ਵੇਟ ਜਦ ਤੁਹਾਨੂੰ ਜੇਲ੍ਹ ਹੋਈ ਨਾ ਅੰਦਰ ਜਾ ਕੇ ਤੁਹਾਨੂੰ ਚੱਕੀਆਂ ਪੀਸਣੀਆਂ ਪਈਆਂ ਤਾਂ ਫਿਰ ਪਤਾ ਲੱਗਣਾ ਆ ਬੈਟਰ ਯੂ ਬਿਹੇਵ ਯੂਰ ਸੈਲਫ ਤੁਸੀਂ ਆਪਣੇ ਸੁਣੋ ਗੱਲ ਬੜੇ ਧਿਆਨ ਨਾਲ ਜ਼ਿੰਦਗੀ ਵਿੱਚ ਆਪਣਾ ਘਰ ਵਸਾਉਣਾ ਆ ਆਪਣੇ ਸੱਸ ਸਹੁਰੇ ਨਾਲ ਪਿਆਰ ਨਾਲ ਰਹਿ ਕੱਲ ਤੋਂ ਬਾਅਦ ਮੈਂ ਉਹਨਾਂ ਨੂੰ ਬੇਨਤੀ ਕਰਦਾ ਆ ਤੈਨੂੰ ਬੜੇ ਸਤਿਕਾਰ ਦੇਣਗੇ ਤੂੰ ਵੀ ਸਤਿਕਾਰ ਕਰ ਬੱਚੀ ਨੂੰ ਆਇਲਟ ਕਰਾ ਬੱਚੀ ਤੇਰੀ ਆਇਲਟ ਕਰਕੇ ਕੈਨੇਡਾ ਆ ਜਾਊਗੀ ਮਗਰ ਤੂੰ ਚੱਲ ਜਾਊਗੀ ਦੂਜੀ ਬੱਚੀ ਚੱਲ ਜਾਊਗੀ ਤੁਹਾਡੀ ਈਜ਼ੀ ਹੋ ਜਾਊਗੀ ਅਗਰ ਤੁਸੀਂ ਆਪਣੀ ਜਿੱਦ ਪਗਾਈ ਤੁਹਾਨੂੰ ਘੁੱਟਣ ਜਿਹੜਾ ਮਹਿਸੂਸ ਹੋ ਰਿਹਾ ਨਾ ਇਹ ਤੁਹਾਡਾ ਘੁੱਟਣ ਵਧੀ ਜਾਣਾ ਘਟਣਾ ਨਹੀਂ ਗਾ ਇਹ ਤੁਹਾਡੀ ਆਜ਼ਾਦੀ ਜਿਹੜੀ ਤੁਹਾਨੂੰ ਚੰਗੀ ਲੱਗਦੀ ਨਾ ਇਹ ਬਰਬਾਦੀ ਹੋਣੀ ਆ ਤੁਸੀਂ ਲਿਖ ਕੇ ਲੈ ਲਓ ਤੁਹਾਡਾ ਮਾਂ ਪਿਓ ਤੁਹਾਨੂੰ ਸਮਝਾ ਨਹੀਂ ਰਿਹਾ ਕਿ ਦੋ ਬੱਚਿਆਂ ਦੀ ਮਾਂ ਆ ਕੁੜੀ ਤੁਹਾਡੀ ਵਿਆਹਣ ਵਾਲੀ ਆ ਦਾਦਾ ਦਾਦੀ ਜਿਹੜੇ ਆ ਉਹ ਆਇਲਟ ਕਰਾ ਰਹੇ ਆ ਔਰ ਉਹ ਕਿਸੇ ਤੇ ਵਿਸ਼ਵਾਸ ਵੀ ਨਹੀਂ ਕਰ ਰਿਹਾ ਉਹ ਕਹਿ ਰਿਹਾ ਜੀ ਮੈਂ ਆਪ ਚੁੱਕਣੀ ਚਾਹੁੰਦਾ ਆਪ ਡਰੋਪ ਕਰਨੀ ਚਾਹੁੰਦਾ ਇਹ ਤੋਂ ਵੱਧ ਹੋਰ ਤੈਨੂੰ ਕੀ ਚਾਹੀਦਾ ਆ ਤੈਨੂੰ 12,000 ਰੁਪਈਆ ਦੇ ਰਹੇ ਆ ਔਰ ਤੈਨੂੰ ਆਪਣੇ ਘਰ 'ਚ ਰੱਖ ਰਹੇ ਆ ਸਿਆਣੀ ਉਹ ਔਰਤ ਹੁੰਦੀ ਆ ਸਬਰ ਦਾ ਘੁੱਟ ਪੀ ਲਾ ਕੁਝ ਸਾਲ ਕੁਝ ਮਹੀਨੇ ਲੜਕੀ ਨੇ ਆਇਲਟ ਕਰ ਲਈ ਕੈਨੇਡਾ ਆ ਗਈ ਉਸ ਤੋਂ ਬਾਅਦ ਤੂੰ ਕੈਨੇਡਾ ਆ ਜਾਣਾ ਆਪਣੀ ਛੋਟੀ ਕੁੜੀ ਨਾਲ ਇੱਥੇ ਆਪਣੀ ਜ਼ਿੰਦਗੀ ਵਿੱਚ ਜੋ ਮਰਜ਼ੀ ਐਸ਼ ਆਰਾਮ ਕਰੀ ਤਾਂ ਜੋ ਮਰਜ਼ੀ ਘੁੱਟਣ ਮਹਿਸੂਸ ਜਿਹੜਾ ਹੁੰਦਾ ਉਹ ਖਤਮ ਕਰੀ ਟੇਕ ਮਾਈ ਐਡਵਾਈਸ ਮੇਰੀ ਤੁਸੀਂ ਸਲਾਹ ਲੈ ਲਓ ਚੰਗੇ ਰਹੋਗੇ ਔਰ ਹਾਲੇ ਵੀ ਆਪਣੇ ਸੱਸ ਸਹੁਰੇ ਤੋਂ ਇਸ ਵੇਲੇ ਮੈਂ ਬੇਨਤੀ ਕਰ ਰਿਹਾ ਕਿ ਉਹਨਾਂ ਤੋਂ ਮਾਫ਼ੀ ਮੰਗ ਲਓ ਕਿ ਡੈਡੀ ਜੀ ਪਿਤਾ ਜੀ ਜੋ ਹੋ ਗਿਆ ਕਿ ਮੈਨੂੰ ਤੁਸੀਂ ਕੱਲ੍ਹ ਨੂੰ ਘਰ ਲੈ ਜਾਓ ਆਪਣੀ ਮੈਂ ਪੁੱਛਣਾ ਆਪਣੇ ਗੁਰਮੀਤ ਕੌਰ ਤੁਸੀਂ ਘਰ ਲਿਜਾਣ ਨੂੰ ਤਿਆਰ ਹੋ ਆਪਣੀ ਨੂੰਹ ਨੂੰ ਅਸੀਂ 100% ਤਿਆਰ ਹਾਂ ਜੀ ਤੁਸੀਂ ਉਹਨਾਂ ਨੂੰ ਪਿਆਰ ਸਾਡੇ ਬੱਚੇ ਸਾਡੇ ਕੋਲ ਰਹਿਣ ਤੁਸੀਂ ਆਪਣੇ ਪਿਆਰ ਸਤਿਕਾਰ ਨਾਲ ਰੱਖੋਗੇ ਬਾਸੀ ਸਾਹਿਬ ਜੀ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਪੰਚਾਇਤ ਨੇ ਵੀ ਕਿਹਾ ਸੀ ਤੂੰ ਇਹਨਾਂ ਦੇ ਕੋਲ ਰਹਿ ਤੂੰ ਬੇਸ਼ੱਕ ਇਹਨਾਂ ਦੇ ਨਾਲ ਨਾ ਬੋਲ ਨਾ ਇਹਨਾਂ ਦੀ ਰੋਟੀ ਬਣਾ ਨਾ ਇਹਨਾਂ ਦਾ ਕੰਮ ਕਰ ਘੱਟੋ ਘੱਟ ਇਹਨਾਂ ਦੇ ਕੋਲ ਰਹਿ ਬੱਚੇ ਰਹਿਣਗੇ ਕੋਲ ਪੰਚਾਇਤ ਦੇ ਵਿੱਚ ਵੀ ਕੁਝ ਲੋਕ ਹੁੰਦੇ ਆ ਜਿਹੜੇ ਕਿ ਚਾਹੁੰਦੇ ਹੁੰਦੇ ਆ ਕਿ ਸਾਡੀ ਆਓ ਭਗਤ ਹੋਵੇ ਸਾਨੂੰ ਬੁਲਾਇਆ ਜਾਵੇ ਵਿਹਲੇ ਬੈਠੇ ਲੋਕ ਉੱਥੇ ਹਾਂਜੀ ਉਹ ਚਾਹੁੰਦੇ ਆ ਕਿ ਅੱਗ ਲੱਗੀ ਜਾਵੇ ਘਰਾਂ ਦੇ ਵਿੱਚ ਬਹੁਤ ਘੱਟ ਪੰਚਾਇਤੀ ਲੋਕ ਹੁੰਦੇ ਜਿਹੜੇ ਕਿ ਸਿਆਣੇ ਲੋਕ ਹੁੰਦੇ ਆ ਮੈਨੂੰ ਪਤਾ ਕਿ ਹਾਲਾਤ ਕਿਹੋ ਜਿਹੇ ਪੈਦਾ ਕਰਦੇ ਨੇ ਉਹ ਜਾਣ ਕੇ ਉਂਗਲਾਂ ਦਿੰਦੇ ਆ ਕੋਈ ਨਾ ਕੋਈ ਇਹਨੂੰ ਇਸ ਉਮਰ ਦੇ ਵਿੱਚ ਮਰ ਰਿਹਾ ਇਹ ਔਰਤ ਹੈ 2.5-5 ਸਾਲ ਤੋਂ ਇਹਨੂੰ ਪਿਆਰ ਨਹੀਂ ਮਿਲਿਆ ਆਦਮੀ ਵਾਲਾ ਜਿਸ ਪਿਆਰ ਕਰਕੇ ਇਹਨੂੰ ਘੁੱਟਣ ਮਹਿਸੂਸ ਹੋ ਰਹੀ ਆ ਠੀਕ ਹੈ ਜੀ ਮੈਂ ਅਸੀਂ ਤੁਹਾਨੂੰ ਬਸ ਸਾਹਿਬ ਜੀ ਅਸੀਂ ਤਾਂ ਇਹਨੂੰ ਇਹ ਕਹਿੰਦੇ ਵੀ ਤੂੰ ਆਪਣੇ ਬੱਚਿਆਂ ਦਾ ਸੋਚ ਤੂੰ ਆਪਣੇ ਬੱਚਿਆਂ ਦੇ ਫਿਊਚਰ ਨਾਲ ਖਰਾਬ ਕਰ ਮੈਂ ਅੱਜ ਦਾ ਅੱਜ ਦੀ ਡੇਟ ਦੇ ਵਿੱਚ ਸਾਡਾ ਪਹਿਲਾਂ ਇਹਨਾਂ ਨੇ ਕੋਰਟ ਕੇ 7 ਤਰੀਕ ਲਵਾਤੀ ਅੱਜ ਇਹਨਾਂ ਨੇ ਵੂਮੈਨ ਸੈੱਲ 'ਚ ਕੇਸ ਕੀਤਾ ਅੱਜ ਉਹਨੂੰ ਉੱਥੇ ਸਾਡੀ ਹਾਜ਼ਰੀ ਲਗਵਾਈ ਉੱਥੇ ਫਿਰ ਮਿਲੇ ਸਾਨੂੰ ਜੋ ਇਹਨੇ ਰਵਦੀਪ ਤੁਸੀਂ ਸਾਰੇ ਕੇਸ ਡ੍ਰੌਪ ਕਰਦੇ ਹੋ ਤੁਸੀਂ ਚੰਗਾ ਆਪਣਾ ਜ਼ਿੰਦਗੀ ਦੇ ਜੀਵਨ ਬਤੀਤ ਕਰਨਾ ਚਾਹੁੰਦੇ ਹੋ ਜੈਸ ਸਰ ਨੋ ਦੇਵਾਂਗੇ ਹਰ ਚੀਜ਼ ਦੇਵਾਂਗੇ ਬੱਚੇ ਨੂੰ ਪੜਾਵਾਂਗੇ ਆਇਲਟ ਕਰਾ ਰਹੇ ਨੇ ਕੈਨੇਡਾ ਆ ਜਾਣਾ ਦੇਖੋ ਰਵਦੀਪ ਸਿਆਣੇ ਬਣੋ ਆਇਲਟ ਕਰਵਾ ਰਹੇ ਨੇ ਤੁਸੀਂ ਮੇਰੀ ਗੱਲ ਤੇ ਸੁਣੋ ਆਇਲਟ ਕਰਵਾ ਰਹੇ ਨੇ ਤੇ ਉਹ ਕੁੜੀ ਨੂੰ ਪਤਾ ਕੀ ਕਹਿੰਦਾ ਕੁੜੀ ਨੇ ਕਿਹਾ ਨਾ ਇਹਨਾਂ ਨੇ ਜਦੋਂ ਖਰਚਾ ਨਹੀਂ ਦੇਣਾ ਬੰਦ ਕਰ ਦਿੱਤਾ ਕੁੜੀ ਨੇ ਕਿਹਾ ਕਿ ਮੈਂ ਨਾ ਕੰਮ ਕਰ ਲੈਣੀ ਹੈ ਪਾਪਾ ਜੇ ਤੁਸੀਂ ਨਹੀਂ ਖਰਚਾ ਭੇਜਣਾ ਕਹਿੰਦਾ ਪਿੱਛੇ ਮਰੋ ਜੋ ਮਰਜ਼ੀ ਕਰੋ ਮੈਨੂੰ ਫੋਨ ਨਾ ਕਰੋ ਅੱਗੋਂ ਕਹਿ ਰਹੇ ਨੇ ਕਿ ਤੂੰ ਨਵਾਂ ਪਿਓ ਲੱਭ ਲੈ ਤੇਰੀ ਮਾਂ ਨਵਾਂ ਯਾਰ ਲੱਭ ਲੈਗੀ ਇਹ ਗੱਲਾਂ ਕਰਨਗੇ ਨੀ ਕੁੜੀ ਨੇ ਦੱਸਿਆ ਪਹਿਲਾਂ ਮੈਨੂੰ ਜ਼ਿੰਦਗੀ ਵਿੱਚ ਕਈ ਵਾਰੀ ਗਿਲੇ ਸ਼ਿਕਵੇ ਬਜ਼ੁਰਗ ਅਵਸਥਾ ਵਿੱਚ ਗੁਰਮੀਤ ਕੌਰ ਤੁਹਾਡੇ ਗੁਰਮੀਤ ਕੌਰ ਤੁਹਾਡੇ ਹਸਬੰਡ ਨੇ ਲਫ਼ਜ਼ ਕਹੇ ਇਹਨਾਂ ਨੂੰ ਨਹੀਂ ਇਹਨਾਂ ਦੀ ਨਹੀਂ ਗੱਲ ਕਰ ਲਈ ਬਸ ਸਾਹਿਬ ਜੀ ਬੇਟੇ ਦੀ ਗੱਲ ਕਰ ਰਹੀਏ ਬੇਟੇ ਨਾਲ ਇਹਦਾ ਦੀ ਗੱਲ ਹੋਈ ਹੋਣੀ ਸਾਨੂੰ ਨਹੀਂ ਇਸ ਬਾਰੇ ਕੁਝ ਪਤਾ ਉਹਨਾਂ ਬਾਰੇ ਗੱਲ ਕਰ ਰਹੀ ਹੈ ਅੱਛਾ ਬੇਟੇ ਗੱਲ ਕਰ ਰਹੀ ਹੈ ਤੁਹਾਡਾ ਸੱਸ ਸਹੁਰਾ ਤਾਂ ਨਹੀਂ ਕਹਿੰਦੇ ਇਹੋ ਜਿਹੀ ਗੱਲ ਰਵਦੀਪ ਪਰ ਦਾਦਾ ਦਾਦੀ ਤਾਂ ਤੇਰੇ ਸਾਹਮਣੇ ਬੋਲ ਰਹੇ ਨੇ ਦਾਦਾ ਦਾਦੀ ਤੇਰੇ ਸਾਹਮਣੇ ਸਤਿਕਾਰ ਕਰ ਰਹੇ ਨੇ ਰਵਦੀਪ ਡੋਂਟ ਪਲੀਜ਼ ਹਾਂਜੀ ਰਿਕੁਐਸਟ ਮੇਰੀ ਇੱਕ ਮੈਂ ਗੱਲ ਕਰਨੀ ਥੋੜੀ ਜੀ ਬੇਟੀ ਅੱਜ ਮੈਨੂੰ ਮਿਲੀ ਸੀ ਉੱਥੇ ਵੂਮੈਨ ਸੈੱਲ ਚ ਹਾਂ ਤੇ ਅੱਜ ਮੈਂ ਉਹਨੂੰ ਇਹ ਕਿਹਾ ਸੀਗਾ ਕਿ ਮੈਂ ਕਿਹਾ ਤੂੰ ਆਪਣੇ ਦਿਮਾਗ ਦੇ ਉੱਤੇ ਨਾ ਸਾਰੀਆਂ ਟੈਨਸ਼ਨਾਂ ਹਟਾ ਕੇ ਮੈਨੂੰ ਇੱਕ ਗੱਲ ਦੱਸ ਦੇ ਤੂੰ ਫਿਊਚਰ ਚ ਕੀ ਕਰਨਾ ਚਾਹੁੰਦੀ ਹੈ ਜੋ ਤੂੰ ਕਹਿੰਗੇ ਅਸੀਂ ਉਹੀ ਕਰਾਂਗੇ ਵੀ ਤੂੰ ਪੜ੍ਹਨਾ ਚਾਹੁੰਦੀ ਅੱਗੇ ਜਾਂ ਬਾਹਰ ਜਾਣਾ ਜਾਂ ਕੋਈ ਆਪਣੇ ਵਿਆਹ ਬਾਰੇ ਸੋਚਣਾ ਉਹ ਕਹਿੰਦੀ ਮੈਂ ਬਾਹਰ ਜਾਣਾ ਮੈਂ ਉਹਨੂੰ ਕਿਹਾ ਮੈਂ ਸਾਰਾ ਕੁਝ ਛੱਡ ਦੇ
ਤੂੰ ਜਿਵੇਂ ਕਹਿੰਗੇ ਤੇਰੇ ਨਾਲ ਖੜੇ ਆ ਤੇ ਫਿਰ ਤੂੰ ਪੇਪਰ ਦੇ ਲੈ ਤੇ ਫਾਈਲਸ ਕਰ ਲੈ ਅਸੀਂ ਤੇਰੇ ਫਾਈਲ ਲਵਾ ਦਿੰਦੇ ਆ ਜਿੰਨਾ ਵੀ ਖਰਚਾ ਹੋਏਗਾ ਅਸੀਂ ਆਪੇ ਕਰਨਾ ਕੁਛ ਲੋਨ ਲੈ ਲਾਂਗੇ ਤੇ ਆਪਾਂ ਤੇਰੇ ਕਰ ਦਿੰਦੇ ਜੇ ਤੈਨੂੰ ਆਪਣੇ ਪਾਪਾ ਤੇ ਵਿਸ਼ਵਾਸ ਨਹੀਂ ਹੈਗਾ ਇਹਨੂੰ ਆਪਣੇ ਹਸਬੈਂਡ ਤੇ ਵਿਸ਼ਵਾਸ ਨਹੀਂ ਗਾ ਘੱਟੋ ਘੱਟ ਤੇਰੇ ਤੇ ਵਿਸ਼ਵਾਸ ਕਰਦੀ ਹੈ ਤੂੰ ਇਹਦੀ ਫਾਈਲ ਲਗਾ ਕੇ ਇਹਨੂੰ ਬਾਹਰ ਕੱਢ ਸਕਦੀ ਆ ਅਸੀਂ ਤਾਂ ਇੰਨੇ ਕਰ ਸਕਦੇ ਹਾਂ ਨਹੀਂ ਬਿਲਕੁਲ ਠੀਕ ਨਹੀਂ ਤੁਸੀਂ ਰਾਈਟ ਇੱਕ ਮਿੰਟ ਪਬਲਿਕ ਵੀ ਨਹੀਂ ਲੈ ਲਵਾਂ ਕੁਛ ਲੋਕ ਨੰਬਰ 3 ਕਾਲਰ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਠੀਕ ਕਹਿ ਰਹੇ ਆ ਇਹਨਾਂ ਨੂੰ ਚਾਹੀਦਾ ਰਹਿਣਾ ਬੇਟੇ ਦੇ ਨਾਂ ਬਾਵਜੂਦ ਵੀ ਹੁੰਦਿਆਂ ਵੀ ਤਾਂ ਇਹ ਰੱਖ ਰਹੇ ਆ ਸਾਰਾ ਖਰਚਾ ਚੱਲ ਰਿਹਾ ਕੋਈ ਹੀ ਹੋਊਗਾ ਇਹਨੂੰ ਮਤਲਬ ਇਹ ਕੁੜੀ ਨੂੰ ਵਾਪਸ ਆਪਣੇ ਸਹੁਰੇ ਘਰ ਜਾਣਾ ਚਾਹੀਦਾ ਆ ਮਿਹਰਬਾਨੀ ਨੰਬਰ 2 ਕਾਲਰ ਕੀ ਕਹਿਣਾ ਚਾਹੁੰਦੇ ਹੋ ਨੰਬਰ 2 ਕਾਲਰ ਲਾਈਨ ਤੇ ਹੋ ਸਰ ਸਾਹਿਬ ਨੰਬਰ 2 ਕਾਲਰਸ ਪਲੀਜ਼ ਨੰਬਰ 2 ਕਾਲਰ ਲਾਈਨ ਤੇ ਤੁਸੀਂ ਨੰਬਰ 5 ਕਾਲਰ ਹੈਲੋ ਜੀ ਕੀ ਕਹਿਣਾ ਸਰ ਬੋਲੋ ਹਰਜੀਤ ਸਿੰਘ ਜੀ ਨੇ ਜੀ ਲਾਈਨ ਤੇ ਉਹਨਾਂ ਨਾਲ ਅੱਜ ਮੈਂ ਗੱਲ ਕਰ ਰਿਹਾ ਸੀ ਤੁਸੀਂ ਪਹਿਲੇ ਇੱਥੇ ਮੈਂ 10 ਮਿੰਟ ਰੋਕੇ ਕਰਾਂਗੇ ਗੱਲ ਨਹੀਂ ਨਹੀਂ ਹਰਜੀਤ ਸਿੰਘ ਅਸੀਂ ਸਮਾਂ ਸਾਡੇ ਕੋਲ ਘੱਟ ਹੈ ਅਸੀਂ ਇਸ ਸਟੋਰੀ ਨੂੰ ਕਵਰ ਕਰ ਰਹੇ ਹਾਂ ਔਰ ਤੁਹਾਡੀ ਵਾਈਫ ਐਲੀਗੇਸ਼ਨ ਲਾ ਰਹੀ ਹੈ ਤੁਹਾਡੀ ਬੱਚੀਆਂ ਔਰ ਤੁਹਾਡੇ ਮਾਤਾ ਪਿਤਾ ਜੀ ਜਿਹੜੇ ਨੇ ਉਹ ਉਹਨਾਂ ਦੀ ਪੂਰੀ ਸੇਵਾ ਕਰ ਰਹੇ ਨੇ ਤੁਹਾਡੀ ਗੁੱਡੀਆਂ ਨੂੰ ਪੜ੍ਹਾ ਰਹੇ ਨੇ ਲਿਖਾ ਰਹੇ ਨੇ ਔਰ ਛੋਟੇ ਜਿਹੇ ਡਿਸਪਿਊਟ ਹੈ ਔਰ ਇਹਦੇ ਵਾਸਤੇ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਹਰਜੀਤ ਸਿੰਘ ਤੁਹਾਡੇ ਮਾਤਾ ਪਿਤਾ ਬੜੇ ਸਤਿਕਾਰਯੋਗ ਨੇ ਤੁਹਾਡੇ ਪਿਤਾ ਜੀ ਤੁਹਾਡੇ ਮਾਤਾ ਜੀ ਔਰ ਬਹੁਤ ਡਿਸਟਰਬ ਨੇ ਔਰ ਉਹਨਾਂ ਨੂੰ 64 ਸਾਲ ਦੀ ਉਮਰ ਹੈ ਉਹਦੇ ਬਾਵਜੂਦ ਵੀ ਚਾਹੁੰਦੇ ਨੇ ਕਿ ਤੁਹਾਡੀ ਜਿਹੜੀ ਧੀ ਆ ਉਹਨੂੰ ਅਸੀਂ ਪੜ੍ਹਾ ਕੇ ਆਈਲੈਟ ਕਰਾ ਕੇ ਕੈਨੇਡਾ ਭੇਜ ਦਈਏ ਤੁਹਾਡੀ ਜਿਹੜੀ ਵਾਈਫ ਹੈ ਉਹ ਕੁਟਨ ਮਹਿਸੂਸ ਕਰ ਰਹੀ ਹੈ ਤੁਸੀਂ ਇਸ ਪ੍ਰੋਬਲਮ ਨੂੰ ਸੋਲਵ ਕਿਉਂ ਨਹੀਂ ਕਰ ਰਹੇ ਤੁਸੀਂ ਦੱਸ ਦਿਓ ਆਪਾਂ ਜਿਹੜਾ ਤੁਸੀਂ ਕਹੋਗੇ ਆਪਾਂ ਉਹਦਾ ਕਰ ਲੈਂਦੇ ਹਾਂ ਤੁਸੀਂ ਅੱਜ ਤੋਂ ਬਾਅਦ ਆਪਣੀ ਵਾਈਫ ਤੁਸੀਂ ਡਿਵੋਰਸ ਲੈ ਚੁੱਕੇ ਹੋ ਆਮ ਰਾਈਟ ਹਾਂਜੀ ਹਾਂਜੀ ਇਹ ਸਾਡਾ ਆਪਸੀ ਸਹਿਮਤੀ ਨਾਲ ਹੀ ਹੋਇਆ ਉਹਨੇ ਸਹਿਮਤ ਹੋਈ ਸੀ ਜਿਹਨੇ ਡਿਵੋਰਸ ਲੈ ਕੇ ਵਿਆਹ ਕਰਾਇਆ ਦੁਬਾਰਾ ਉਹ ਕੁੜੀ ਕੌਣ ਆ ਮੈਂ ਕੋਈ ਵਿਆਹ ਨਹੀਂ ਕਰਾਇਆ ਜੀ ਦੁਬਾਰਾ ਤੁਸੀਂ ਕੁੜੀ ਨੂੰ ਲਈ ਫਿਰਦੇ ਸੀਗੇ ਤੁਹਾਡੇ ਫਾਦਰ ਨੇ ਕਿਹਾ ਮੈਨੂੰ ਆਪ ਨਹੀਂ ਨਹੀਂ ਉਹ ਜਿਹੜਾ ਕਰਾਇਆ ਸੀ ਨਾ ਤੁਰਕੀ ਬਾਣੀ ਪਵਿੱਤਰ ਬਾਣੀ ਸਰਵਣ ਕਰਾਉਂਦੇ ਹੋ ਗੁਰੂ ਮਾਨ ਬਖਸ਼ਿਸ਼ ਹੈ ਚਲੋ ਅੰਮ੍ਰਿਤਪਾਨ ਹੁਣ ਤੁਸੀਂ ਨਹੀਂ ਕੰਟੀਨਿਊ ਕਰ ਸਕੇ ਮੇਰੀ ਇੱਕ ਬੇਨਤੀ ਆ ਕਿ ਤੁਹਾਡੀ ਧੀ ਦਾ ਸਾਰਾ ਖਰਚਾ ਤੁਹਾਡਾ ਪਿਤਾ ਜੀ ਬੜਾ ਸਤਿਕਾਰਯੋਗ ਹੈ ਮੇਰੇ ਸਿਰ ਦਾ ਤਾਜ ਹੈ ਸੋ ਮੈਂ ਚਾਹੂੰਗਾ ਕਿ ਤੁਸੀਂ ਆਪਣੀ ਵਾਈਫ ਨੂੰ ਪਿਆਰ ਦਿਓ ਔਰ ਉਹਨੂੰ ਕਹੋ ਕਿ ਬੱਚੇ ਨੇ ਆਈਲੈਟ ਕਰ ਲੈਣੀ ਆ ਦੋ ਤਿੰਨ ਮਹੀਨੇ ਬਾਅਦ ਤੂੰ ਵੀ ਆ ਜਾਣਾ ਆਪਾਂ ਇਕੱਠੇ ਰਹਾਂਗੇ ਜ਼ਿੰਦਗੀ ਦੇ ਜੀਵਨ ਬਤੀਤ ਕਰਾਂਗੇ ਸੋ ਤੁਸੀਂ ਤੁਹਾਡੀ ਵਾਈਫ ਵਧੀਆ ਇਹ ਵਧੀਆ ਹੋ ਗਿਆ ਵੀ ਤੁਸੀਂ ਮੈਨੂੰ ਕਾਲ ਕੀਤੀ ਹੈ ਕਿ ਤੁਸੀਂ ਕੈਨੇਡਾ ਚ ਰਹਿੰਦੇ ਹੋ ਨਾ ਤੇ ਤੁਹਾਨੂੰ ਪਤਾ ਸਾਰਾ ਇੱਥੇ ਦਾ ਸਿਸਟਮ ਜੀ ਹੁਣ ਜਿਹੜੇ ਲੋਕ ਇੰਡੀਆ ਰਹਿੰਦੇ ਨੇ ਉਹਨਾਂ ਨੂੰ ਅਸੀਂ ਸਮਝਾ ਸਮਝਾ ਕੇ ਥੱਕ ਜੀਦਾ ਵੀ ਏਦਾਂ ਹੁੰਦਾ ਏਦਾਂ ਹੁੰਦਾ ਪਰ ਉਹਨਾਂ ਨੂੰ ਲੱਗਦਾ ਵੀ ਜਿਹੜੇ ਲੋਕੀ ਅਮਰੀਕਾ ਕੈਨੇਡਾ ਰਹਿੰਦੇ ਹੋ ਨਾ ਸ਼ਾਇਦ ਉੱਥੇ ਕੋਈ ਟ੍ਰੀ ਲੱਗਦੇ ਆ ਡੋਲਰਾਂ ਦੇ ਉਹ ਤੋੜੀ ਜਾਂਦੇ ਆ ਤੇ ਪਿੱਛੇ ਜਾਂਦੇ ਆ ਐਨੀਵੇ ਹਰਜੀਤ ਸਿੰਘ ਮੇਰੀ ਬੇਨਤੀ ਆ ਕਿ ਤੁਸੀਂ 2.5 ਸਾਲ ਤੋਂ ਰਹਿ ਰਹੇ ਹੋ ਤੁਸੀਂ ਅੱਜ ਤੱਕ ਉਹਨਾਂ ਨੇ ਇੱਕ ਪੈਸਾ ਨਹੀਂ ਪਾਇਆ ਪਰ ਤੁਹਾਡੇ ਪਿਤਾ ਜੀ ਇਹ ਬੱਚੀ ਨੂੰ ਪੜ੍ਹਾ ਰਹੇ ਨੇ 12,000 ਰੁਪਏ ਦੇ ਰਹੇ ਨੇ ਤੁਸੀਂ ਇਸ ਵੇਲੇ ਮੇਰੇ ਕਹਿਣ ਤੇ ਆਪਣੀ ਵਾਈਫ ਨਾਲ ਸਤਿ ਸ੍ਰੀ ਅਕਾਲ ਬੁਲਾਓ ਔਰ ਉਹਨਾਂ ਨੂੰ ਕਹੋ ਕਿ ਮੈਂ ਅੱਜ ਤੋਂ ਬਾਅਦ ਫੋਨ ਕਰੂੰਗਾ ਤਾਂ ਆਪਾਂ ਆਪਣੀ ਜ਼ਿੰਦਗੀ ਜਿਹੜੀ ਆ ਪਹਿਲਾਂ ਵਾਲੀ ਫੇਰ ਸ਼ੁਰੂ ਕਰਾਂਗੇ ਤੁਹਾਡੇ ਮਾਂ ਪਿਓ ਦੀ ਲੰਬੀ ਉਮਰ ਹੋਵੇਗੀ ਭਰਾ ਤੁਹਾਡਾ ਵਿਚਾਰਾ ਘਰ ਬੈਠਾ ਆ ਸੱਟ ਲੱਗ ਗਈ ਸੀਗੀ ਸਿਸਟਰ ਦੀ ਪ੍ਰੋਬਲਮ ਚੱਲ ਰਹੀ ਆ ਤੁਸੀਂ ਬੜੇ ਸਿਆਣੇ ਹੋ ਸਤਿਕਾਰ ਯੋਗ ਹੋ ਔਰ ਆਪਣੀ ਵਾਈਫ ਨਾਲ ਪਹਿਲਾਂ ਹੈਲੋ ਕਰੋ ਮੇਰੀ ਲਾਈਨ 'ਚ ਪਹਿਲਾਂ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਵੀ ਜਿਹੜੀ ਜਿਹੜਾ ਇਨਸਾਨ ਆਪਣੇ ਨਾਲ ਰਹਿਣਾ ਹੀ ਨਾ ਚਾਹੇ ਤਾਂ ਉਹਨੂੰ ਆਪਾਂ ਕਿੱਦਾਂ ਧੱਕੇ ਨਾਲ ਥੋੜ੍ਹਾ ਰੱਖ ਸਕਦੇ ਹਾਂ ਕੋਈ ਅਕਸਰ ਤੁਸੀਂ ਗੱਲ ਨਹੀਂ ਸੁਣਦੇ ਜੇ ਤੁਸੀਂ ਫੈਸਲਾ ਕਿਸੇ ਪਾਸੇ ਕਰਨਾ ਆ ਜੇ ਤੁਸੀਂ ਆਰਗੂਮੈਂਟ ਕਰਨਾ ਆ ਜਾਂ ਆਪਣੀ ਜਿੱਦ ਪਗਾਉਣੀ ਆ ਤਾਂ ਤੁਹਾਡੀ ਜਿੱਦ ਜਿਹੜੀ ਆ ਇਹ ਤੁਹਾਡੇ ਦੋਨੋਂ ਤਰ੍ਹਾਂ ਨੁਕਸਾਨ ਕਰੇਗੀ ਤੁਹਾਡਾ ਨੁਕਸਾਨ ਪਤਾ ਕੀ ਕਰੇਗੀ ਤੁਸੀਂ ਫਰੌਡ ਦੇ ਵਿੱਚ ਚਾਰਜ ਹੋ ਸਕਦੇ ਆ ਆਮ ਟੈਲਿੰਗ ਯੂ ਤੁਹਾਡਾ ਇੰਡੀਅਨ ਪਾਸਪੋਰਟ ਕੈਂਸਲ ਹੋ ਸਕਦਾ ਕਿ ਤੁਸੀਂ ਫਰੌਡ ਕੀਤਾ ਮੈਨੂੰ ਨਹੀਂ ਪਰਵਾਹ ਕੋਈ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਕਿ ਤੁਸੀਂ ਵੀ ਇੱਥੇ ਰਹਿੰਦੇ ਹੋ ਮੇਰਾ ਨਾਮ ਜੋਗਿੰਦਰ ਬਾਸੀ ਹੈ ਤੇ ਮੇਰਾ ਈਮੇਲ ਹੈ basi@bbctoronto.com ਡੋਨਟ ਟੈਲ ਮੀ ਦੈਟ ਕਿ ਤੁਹਾਨੂੰ ਕੋਈ ਕੇਅਰ ਨਹੀਂ ਗੀ ਡੋਨਟ ਸੇ ਦੈਟ ਨਹੀਂ ਨਹੀਂ ਮੇਰੀ ਤੁਸੀਂ ਗੱਲ ਸੁਣੋ ਨੋ 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 ਯੂ ਟੈਲ ਆਮ ਟੈਲਿੰਗ ਯੂ ਯੂ ਮਸਟ ਸਟਾਪ ਇਟ ਮੇਰੇ ਪਹਿਲਾਂ ਮੇਰੀ ਸੁਣੋ ਨਾ ਤੁਸੀਂ ਨੋ ਯੂ ਲਿਸਨ ਟੂ ਮੀ ਮੇਰੀ 62 ਸਾਲ ਦੀ ਉਮਰ ਹੈ ਯੂਅਰ ਬਿਹੇਵੀਅਰ ਇਜ਼ ਨਾਟ ਐਕਸੈਪਟੇਬਲ ਹਰਜੀਤ ਸਿੰਘ ਹੋਸ਼ ਵਿੱਚ ਆ ਜੋਸ਼ ਵਿੱਚ ਨਾ ਹਲੋ ਤੁਸੀਂ ਹੋਸ਼ ਵਿੱਚ ਗੱਲ ਕਰਨੀ ਆ ਤਾਂ ਕੰਟੀਨਿਊ ਰਹਿ ਸਕਦੇ ਹੋ ਜੇ ਤੁਸੀਂ ਜੋਸ਼ ਵਿੱਚ ਗੱਲ ਕਰਨੀ ਆ ਜਿਸ ਹਿਸਾਬ ਨਾਲ ਗੱਲ ਕਰਦੇ ਹੋ ਨਾ ਮੈਂ ਤੁਹਾਡੀ ਲਾਈਨ ਡਿਸਕਨੈਕਟ ਨਹੀਂ ਕੱਲ ਕਰ ਸਕਦਾ ਮੈਂ ਕਹਿ ਸਕਦਾ ਮੇਰੀ ਲਾਈਨ ਤੁਸੀਂ ਡਿਸਕਨੈਕਟ ਕਰੋ ਵੀ ਨਾ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਵੀ ਤੁਹਾਡੇ ਨਾਲ ਗੱਲ ਕਰ ਰਿਹਾ ਮੈਨੂੰ ਬੜੀ ਖੁਸ਼ੀ ਹੋਈ ਵੀ ਤੁਹਾਡੇ ਨਾਲ ਮੇਰੀ ਗੱਲ ਹੋਈ ਹੈ ਕਿਉਂਕਿ ਤੁਸੀਂ ਕੈਨੇਡਾ 'ਚ ਰਹਿੰਦੇ ਹੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਹੁਣ ਇੱਕ ਸੈਕਿੰਡ ਹਰਜੀਤ ਸਿੰਘ ਜੀ ਅਸੀਂ ਇਹ ਚਾਹੁੰਦੇ ਹਾਂ ਕਿ ਆਪ ਜੀ ਦਾ ਪਿਤਾ
ਸਵੇਰ ਨੂੰ ਉੱਠ ਕੇ ਤੁਹਾਡੀ ਧੀ ਰਾਣੀ ਨੂੰ ਸਕੂਟਰ ਬਿਠਾਲ ਕੇ ਆਈਲੈਟ ਦਾ ਕੋਰਸ ਕਰਾ ਰਿਹਾ, ਮੁੜ ਕੇ ਘਰ ਛੱਡ ਰਿਹਾ। ਉਹਦੇ ਮਨ ਦੀ ਤਮੰਨਿਆ ਕਿ ਮੇਰੀ ਪੋਤੀ ਜਿਹੜੀ ਆ ਕੈਨੇਡਾ ਵਿੱਚ ਚੱਲ ਜਾਵੇ, ਤਾਂ ਉਹ ਵੀ ਇਹ ਵੀ ਚਾਹੁੰਦਾ ਕਿ ਮੇਰੀ ਨੂੰਹ ਵੀ ਬਾਹਰ ਵਿੱਚ ਚੱਲ ਜਾਵੇ, ਚਲੋ ਮੇਰੇ ਬੱਚਾ ਜਿਹੜਾ ਇਕੱਠੇ ਹੋ ਜਾਣਗੇ, ਉਹ ਇਹ ਚਾਹੁੰਦਾ ਤੁਹਾਡੀ ਮਾਤਾ ਜੀ। ਮੇਰਾ ਵੀ ਇਹੀ ਪਲਾਨ ਸੀਗਾ। ਹੁਣ ਸਿਗਾ ਨਾ ਰੱਖੋ, ਰੱਖੋ ਇਹਨੂੰ ਰੱਖੋ। ਨਹੀਂ ਨਹੀਂ ਮੇਰਾ ਇਹੀ ਪਲਾਨ ਸੀਗਾ, ਨਹੀਂ ਪਹਿਲਾਂ ਵੀ ਹੈਗਾ ਸੀਗਾ, ਪਰ ਇਹਨਾਂ ਨੇ ਨਾ ਆਪ ਹੀ ਖਰਾਬ ਕਰ ਲਿਆ। ਹੁਣ ਤੁਸੀਂ, ਤੁਹਾਡੇ ਨਾਲ ਪਹਿਲੀ ਵਾਰੀ ਗੱਲ ਹੋ ਰਹੀ ਹੈ, ਤੁਸੀਂ ਕਹਿੰਦੇ ਸੋਰਟ ਆਊਟ ਕਰੋ। ਹੁਣ ਜਦੋਂ ਅਗਲੀ ਨੇ ਕੋਰਟ ਕੇਸ ਕੀਤਾ, ਜਦੋਂ ਕੋਰਟ ਆਪਾਂ ਨੂੰ ਕੋਈ ਜਵਾਬ ਦੇਊਗਾ ਤਾਂ ਫਿਰ ਹੀ ਹੋਊਗਾ ਨਾ ਕੁਛ। ਹਰਜੀਤ ਸਿੰਘ, ਮੈਂ ਤੁਹਾਨੂੰ ਵਾਅਦਾ ਕਰਦਾ ਕਿ ਇਹ ਤੁਹਾਡੀ ਵਾਈਫ ਜਿਹੜੀ ਆ ਸਾਰੇ ਕੋਰਟ ਵਿੱਚੋਂ ਜੋ ਵੀ ਕੰਪਲੇਂਟ ਆ ਵਾਪਸ ਲੈ ਲੈਂਦੀ ਆ, ਤੇ ਤੁਸੀਂ ਐਗਰੀ ਕਰਦੇ ਹੋ ਆਪਣੀ ਵਾਈਫ ਦੇ ਨਾਲ ਆਪਣੇ ਘਰ ਵਿੱਚ ਲਿਆਉਣਾ? ਤੁਹਾਡੇ ਪਿਤਾ ਜੀ ਮਾਤਾ ਜੀ ਮੰਨਦੇ ਨੇ, ਤੁਹਾਡੇ ਸਾਰੇ ਕੇਸ ਵਿਦਡਰਾਅ ਹੋ ਜਾਂਦੇ ਆ, ਤੁਸੀਂ ਐਗਰੀ ਹੋ? ਦੇਖੋ ਹਾਂਜੀ ਹਾਂਜੀ, ਮੈਂ ਤਾਂ ਹਰ ਗੱਲ ਨਾਲ ਐਗਰੀ ਹਾਂ। ਤੁਸੀਂ ਘਰ ਦੇ ਲਿਆਉਣ ਦੀ ਗੱਲ ਕਰਦੇ ਹੋ ਨਾ, ਵੀ ਘਰ ਚੋਂ ਕੱਢਿਆ ਥੋੜਾ ਨਹੀਂ ਕਿਸੇ ਨੇ, ਚਲੋ ਆਪੇ ਗਈ ਆ। ਹਰਜੀਤ ਸਿੰਘ, ਮੈਂ ਮੰਨਦਾ ਆ, ਇਸ ਕੋਈ ਸ਼ੱਕ ਨਹੀਂ ਹੈ, ਤੁਸੀਂ ਝੂਠ ਨਹੀਂ, ਤੁਸੀਂ ਸੱਚ ਬੋਲ ਰਹੇ ਹੋ। ਉਹ ਕਹਿ ਦਿੰਦੀ ਕਿ ਮੈਨੂੰ ਕੁੱਟ ਮਹਿਸੂਸ ਹੋ ਰਹੀ ਆ, ਮੈਨੂੰ ਇੰਨੇ ਸਾਲਾਂ ਤੋਂ ਆਦਮੀ ਵਾਲਾ ਪਿਆਰ ਨਹੀਂ ਮਿਲ ਰਿਹਾ, ਇੱਕ ਔਰਤ ਨੂੰ ਲੈ ਕੇ ਘੁੰਮਦਾ ਰਿਹਾ ਆ। ਅਸੀਂ ਆਪਸ ਵਿੱਚ ਵਿਆਹ ਕੀਤਾ, ਡਿਵੋਰਸ ਕੀਤਾ, ਡਿਫਰੈਂਟ ਸਟੋਰੀ ਆ। ਦੇਖੋ ਮੈਂ ਵੀ ਲਾ ਸਕਦਾ, ਜਿੱਦਾਂ ਹੁਣ ਕਿਤੇ ਕਦੇ ਕਿਤੇ ਤੁਰੀ ਫਿਰਦੀ ਆ, ਕਿਤੇ ਕਿਤੇ ਤੁਰੀ ਫਿਰਦੀ ਆ, ਮੈਨੂੰ ਕੀ ਪਤਾ ਕਿਹਦੇ ਨਾਲ ਉਹਦਾ ਚੱਕਰ ਆ। ਚਲੋ ਮੈਨੂੰ ਨਹੀਂ ਪਤਾ, ਮੈਂ ਨਹੀਂ ਕਹਿ ਸਕਦਾ ਜੇ ਐਲੀਗੇਸ਼ਨ ਲਾਣੇ ਹੁਣ ਤੇ ਆਪਾਂ। ਹਾਂ ਜੀ, ਐਲੀਗੇਸ਼ਨ ਨਾ ਲਾਓ, ਉਹਨੇ ਐਲੀਗੇਸ਼ਨ ਨਹੀਂ ਲਾਇਆ, ਤੁਸੀਂ ਵੀ ਨਾ ਲਾਓ ਐਲੀਗੇਸ਼ਨਾਂ ਨੂੰ, ਛੱਡੋ ਔਰ ਅਸੀਂ ਜ਼ਿੰਦਗੀ ਵਿੱਚ ਬੱਚਿਆਂ ਦਾ ਆਪਣੇ ਧਿਆਨ ਦੇਈਏ। ਹਰਜੀਤ ਜੀ, ਮੇਰੀ ਬੇਨਤੀ ਆਪ ਜੀ ਨੂੰ ਕਿ ਤੁਸੀਂ ਇੱਕ ਛੋਟਾ ਜਿਹਾ ਮੇਰਾ ਇੱਕ ਸੁਨੇਹਾ ਤੁਹਾਨੂੰ ਮੈਂ ਦੇ ਰਿਹਾ ਕਮਿਊਨਿਟੀ ਵੱਲੋਂ, ਤੁਸੀਂ ਬਹੁਤ ਸਤਿਕਾਰਯੋਗ ਹੋ, ਕਿਉਂਕਿ ਤੁਸੀਂ ਗੁਰੂ ਦੀ ਬਾਣੀ, ਤੁਰਕੀ ਬਾਣੀ, ਪਵਿੱਤਰ ਬਾਣੀ ਸਰਬਣ ਕਰਾਉਂਦੇ ਸੰਗਤਾਂ ਨੂੰ, ਤੇ ਤੁਸੀਂ ਬਹੁਤ ਵਧੀਆ ਇਨਸਾਨ ਹੋ ਔਰ ਚੰਗੀ ਤੁਸੀਂ ਰੱਜੀ ਹੋਈ ਰੂਹ ਦੇ ਮਾਲਕ ਹੋ, ਤੁਸੀਂ ਬਾਣੀ ਦਾ ਪਾਠ ਕਰਦੇ ਰਹੇ ਹੋ, ਤੁਸੀਂ ਵੱਖ ਵੱਖ ਧਾਰਮਿਕ ਸਥਾਨਾਂ 'ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਹੈ, ਮੈਂ ਤੁਹਾਡੇ ਕੀ ਸਰ ਚੁਕਾਉਂਦਾ। ਇੱਕ ਬੇਨਤੀ ਨੂੰ ਕਬੂਲ ਕਰੋ, ਇਹ ਬੇਨਤੀ ਜਿਹੜੀ ਹੈ ਬੱਚਿਆਂ ਦੇ ਭਵਿੱਖ ਵਾਸਤੇ ਹੈ, ਤੁਹਾਡੇ ਵਾਸਤੇ ਵੀ ਲਾਹੇਵੰਦ ਹੈ। ਇਹ ਬੇਨਤੀ ਆ ਕਿ ਤੁਸੀਂ ਸਾਰੀਆਂ ਗੱਲਾਂ ਭੁੱਲਦੇ ਹੋਏ ਆਪਣੇ ਮਾਤਾ ਪਿਤਾ ਜੀ ਨੂੰ ਗੱਲ ਕਰਕੇ ਆਪਣੀ ਮਿਸਿਜ ਨੂੰ ਕਹੋ ਕਿ ਵਾਪਸ ਘਰ ਚਲ ਜਾਓ, ਬਾਕੀ ਦਾ ਕੰਮ ਜਿਹੜਾ ਆ ਉਹ ਆਉਣ ਵਾਲੇ ਸਮੇਂ ਵਿੱਚ ਕੜੱਤਨ ਖਤਮ ਹੋ ਜਾਵੇਗੀ। ਕੇਸ ਜਿਹੜੇ ਆ ਵਾਪਸ ਮੈਂ ਇਹਨੂੰ ਕਹਾਂਗਾ ਕਿ ਵਿਦਡਰਾਅ ਕਰ ਲੈਣਗੇ, ਤੇ ਤੁਹਾਡੀ ਜ਼ਿੰਦਗੀ ਸ਼ੁਰੂ ਹੋ ਜਾਵੇਗੀ। ਤੁਸੀਂ ਚਾਹੁੰਦੇ ਹੋ ਇਸ ਚੀਜ਼ ਨੂੰ? ਮੈਂ ਤਾਂ 100% ਗੱਲ ਹੋਇਆ। ਓਕੇ ਫਾਈਨ, ਜੇ ਤੁਸੀਂ ਮੈਨੂੰ ਕਹਿ ਰਹੇ ਹੋ ਨਾ ਵੀ ਤੁਸੀਂ ਬੇਨਤੀ ਕਰਦੇ ਹੋ ਨਾ, ਪਰ ਇਹ ਤਾਂ ਆਪਾਂ ਨੂੰ ਬੇਨਤੀ ਕਰਨ ਦੀ ਲੋੜ ਹੀ ਨਹੀਂ। ਜਦੋਂ ਕਿਸੇ ਦੇ ਬੱਚੇ ਆਪਾਂ ਕਿ ਉਹਨੂੰ ਬੇਨਤੀ ਕਰੀਏ ਵੀ ਤੇਰੇ ਬੱਚੇ ਤੋਂ ਬੱਚਿਆਂ ਨੂੰ ਸਾਂਭ, ਇਹ ਤਾਂ ਫਰਜ਼ ਬਣਦਾ ਨਾ ਇਨਸਾਨ ਦਾ। ਜੇ ਫਰਜ਼ ਬਣਦਾ ਹੈ ਤਾਂ ਤੁਸੀਂ ਫਿਰ ਫਰਜ਼ਾਂ ਨੂੰ ਨਿਭਾਉਂਦੇ ਕਿਉਂ ਨਹੀਂ ਹੋ? ਦੱਸੋ ਕਿਸ ਤਰ੍ਹਾਂ ਨਹੀਂ ਨਿਭਾ ਰਹੇ ਦੱਸੋ। ਉਹ ਤੁਹਾਡੀ ਵਾਈਫ ਕਲੇਮ ਕਰ ਰਹੀ ਹੈ ਕਿ ਤੁਸੀਂ ਉਹਨਾਂ ਨਾਲ ਲੁੱਕਅਪ ਨਹੀਂ ਕਰਦੇ, ਉਹਨਾਂ ਨੂੰ ਕਾਲ ਨਹੀਂ ਕਰਦੇ। ਸਿੱਧਾ ਮਤਲਬ ਮੈਂ ਇੱਥੇ, ਤੁਹਾਨੂੰ ਪਤਾ ਨਾ ਇੱਥੇ ਮੈਡੀਕਲ ਸਿਸਟਮ ਕੀ ਹੈਗਾ, ਤੇ ਕਿਉਂਕਿ ਜੇ ਆਪਾਂ ਇੰਡੀਆ ਕਿਸੇ, ਮੈਂ ਉਹਨਾਂ ਨੂੰ ਦੱਸਿਆ ਸੀਗਾ, ਮੇਰੇ ਪੇਰੈਂਟਸ ਨੂੰ ਪਤਾ ਸੀ, ਸਾਰਿਆਂ ਨੂੰ ਪਤਾ ਸੀ ਕਿ ਮੈਂ ਹੋਸਪਿਟਲ ਰਿਹਾ ਇੱਥੇ, ਮੈਨੂੰ ਹਾਰਟ ਦੀ ਪ੍ਰੋਬਲਮ ਹੈਗੀ ਆ, ਠੀਕ ਹੈ, ਤੇ ਡਾਕਟਰ ਨੇ ਵੀ ਮੈਨੂੰ ਮਨਾ ਕਰਤਾ ਸੀ ਵੀ ਤੂੰ ਕਿਸੇ ਨਾਲ ਨਾ, ਜਿਹੜਾ ਬੰਦਾ ਤੈਨੂੰ ਕੋਈ ਵੀ ਸਟ੍ਰੈਸ ਦੇ ਰਿਹਾ ਆ, ਤੂੰ ਉਹਦੇ ਨਾਲ ਗੱਲ ਨਹੀਂ ਕਰਨੀ। ਕੰਮ ਨਹੀਂ ਕੀਤਾ 2-3 ਮਹੀਨੇ ਮੈਂ, ਤੇ ਚਲੋ ਮੈਨੂੰ ਅੱਜ ਤੱਕ ਉਹਨੇ ਫੋਨ ਕਰਕੇ ਨਹੀਂ ਪੁੱਛਿਆ ਵੀ ਵਰ ਗਿਆ ਕਿ ਹੈਗਾ, ਠੀਕ ਹੈ ਜੀ। ਤੇ ਦੂਜੀ ਗੱਲ ਇਹ ਹੈ ਵੀ ਜੋ ਉਹਨੇ ਚਾਹਿਆ ਸੀ, ਅੱਜ ਆਪਣੇ ਤੇ ਪਹਿਲੀ ਵਾਰੀ ਗੱਲ ਹੋ ਰਹੀ ਹੈ, ਜੋ ਉਹਨੇ ਚਾਹਿਆ ਸੀ ਨਾ, ਉੱਥੇ ਦੇ ਜਿਹੜੇ ਕੌਂਸਲਰ ਹੁੰਦੇ ਆ ਮਹੱਲੇ ਦੇ ਜਾਂ ਹੋਰ ਆਲੇ ਆਲੇ ਦੁਆਲੇ ਦੇ ਜਾਂ ਰਿਸ਼ਤੇਦਾਰ, ਇਕੱਠੇ ਕਰਕੇ ਸਾਰੇ ਉਹਨੇ ਆਪਣੀ ਮਰਜ਼ੀ ਦਾ ਮਨ ਭਾਉਂਦਾ ਫੈਸਲਾ ਉਹਨੇ ਕਰਵਾਇਆ ਸੀਗਾ, ਜੋ ਚਾਹਿਆ ਸੀ ਉਹਨੇ ਉਹ ਵੀ ਹੋਇਆ। ਇੱਕ ਮਿੰਟ ਹਰਜੀਤ ਜੀ, ਹੋਲਡ ਫਾਰ ਸੈਕਿੰਡ। ਆਪਣੇ ਰਵਦੀਪ, ਤੁਸੀਂ ਆਪਣੇ ਹਸਬੈਂਡ ਨੂੰ ਇਹ ਕਹੋ ਕਿ ਜੋ ਕੁਛ ਹੋਇਆ ਮੈਂ ਉਹਦੀ ਖਿਮਾ ਦੀ ਇਜਾਜ਼ਤ ਚਾਹੁੰਦੀ ਹਾਂ, ਦੁਬਾਰਾ ਆਪਣੀ ਕੋਈ ਵੀ ਕੀਤੀ ਹੋਈ ਗਲਤੀ ਨੂੰ ਰਿਪੀਟ ਨਹੀਂ ਕਰੂੰਗੀ, ਮੈਨੂੰ ਮਾਫ਼ ਕਰ ਦਿਉ। ਬੋਲੋ ਰਵਦੀਪ, ਮੈਂ ਤੁਹਾਡਾ ਫੈਸਲਾ ਕਰਾਉਣਾ। ਰਵਦੀਪ ਗੱਲ ਕਰੋ ਆਪਣੇ ਹਸਬੈਂਡ ਨਾਲ, ਪਤੀ ਪਰਮਿਸ਼ਨ ਆ, ਤੁਸੀਂ ਕਹੋ ਕਿ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਤੁਸੀਂ ਕਹੋ।